ਕੁੜੀਆਂ ਨੂੰ ਇਹਨੂੰ ਭੇਜੋ, ਸੋਚ ਕੇ ਭੇਜੋ, ਸਾਰਾ ਕੁਛ ਕੈਨੇਡਾ ਵੀ ਹਾਲਾਤ ਆ, ਇਹਨੂੰ ਕੈਨੇਡਾ ਵੀ ਬੇਸਮੈਂਟਾਂ ਭਰੀਆਂ ਪਈਆਂ, ਬੇਸਮੈਂਟਾਂ ਭਰੀਆਂ ਪਈਆਂ, ਉੱਥੇ ਕੋਈ ਕੰਮ ਨਹੀਂ ਮਿਲਦਾ ਉੱਦਾਂ ਹੀ, ਕੁਆਇਟ ਸੈਡ ਆ, ਜਿਹੜੇ ਆਪਣੇ ਹਾਲੇ ਵੀ ਨਹੀਂ ਸਮਝ ਰਹੇ ਕੰਮ ਉੱਥੇ ਹੈ ਨਹੀਂ, ਤਾਂ ਲੋਕ ਇੱਥੋਂ ਜਾਈ ਬਹੁਤ ਜਾਂਦੇ ਆ, ਕੁੜੀਆਂ ਵੀ ਅਤੇ ਮੁੰਡੇ ਵੀ, ਤਾਂ ਮੈਂ ਕਹਿੰਦਾ ਇਹਨਾਂ ਨੂੰ ਸਾਰਿਆਂ ਨੂੰ ਪਹਿਲਾਂ ਸੋਚਣਾ ਚਾਹੀਦਾ ਕਿਸੇ ਨੂੰ ਬਾਹਰ ਜਾਣ ਤੋਂ ਪਹਿਲਾਂ ਵੀ ਇੰਨੇ ਇੰਨੇ ਪੈਸੇ ਲਾ ਕੇ ਜਾ ਰਹੇ, ਇਹਨੂੰ ਇੰਨੇ ਪੈਸੇ ਕਰਕੇ ਤਾਂ ਉੱਥੇ ਮੂਹਰੇ ਕੰਮ ਹੈ ਨਹੀਂ, ਵਿਹਲੇ ਬੈਠੇ ਆ, ਤਾਂ ਜਾਂ ਜਿਹੜੇ ਕੋਈ ਕੰਮ ਕਰਦੇ ਆ ਬਿਲਡਰ ਨਾਲ ਕਹਿ ਲਓ ਜਾਂ ਹੋਰ ਕਿਤੇ ਕਰਦੇ ਆ, ਉਹਨਾਂ ਨੂੰ ਬਹੁਤ ਐਡਵਾਂਟੇਜ ਉਹਨਾਂ ਦੀ ਟੇਕ ਹੋ ਰਹੀ ਆ, ਬਹੁਤ ਇਨਕਮ ਉਹਨਾਂ ਨੂੰ ਘੱਟ ਮਿਲ ਰਹੀ ਹੈ ਦੇਣੀ, ਅੱਜ ਕੱਲ੍ਹ ਸੋਚਣਾ ਚਾਹੀਦਾ, ਸਮੇਂ ਉਹ ਸਮੇਂ ਨਹੀਂ ਹੈਗੇ ਜਿੱਦਾਂ ਜਾਂਦਾ ਬੰਦਾ ਜਿਸ ਦਾ ਕੰਮ ਮਿਲ ਜੂਗਾ, ਇਟਸ ਵੈਰੀ ਬਿਗ ਸਟਰਗਲ ਨੇ ਆ, ਇਟਸ ਨੋਟ ਰਿਸੈਸ਼ਨ, ਰਿਸੈਸ਼ਨ ਮੰਗੂ ਹੀ, ਮੈਂ ਤਾਂ ਐਡਵਾਈਸ ਕਰੂੰਗਾ ਜੇ ਇੱਥੇ ਕੋਈ ਇੰਨੇ ਪੈਸੇ ਖਰਚਣ ਨਾਲੋਂ ਤਾਂ ਛੁੱਟੂੰਗਾ ਉਹ, ਅਤੇ ਇੱਥੇ ਟਰਾਈ ਉਹਨਾਂ ਨੂੰ ਕਰਨੀ ਚਾਹੀਦੀ ਆ, ਇੱਥੇ ਕੋਈ ਨੂੰ ਬਿਜ਼ਨਸ ਸੈੱਟ ਕਰ ਲੈਣ, ਕੋਈ ਨੂੰ ਹੋਰ ਕੁਛ ਕਰ ਲੈਣ, ਐਵਰੀ ਸੋਰਟ ਆਫ ਪੰਜਾਬੀ ਵਿਲ ਨਾਓ ਪੋਰਟਲ ਇਨ UK, ਯੂਰਪ ਵੀ ਸਾਰੇ ਕਾਫੀ ਜਾਣਦੇ ਆ, ਹਾਂਜੀ ਪਹਿਲਾਂ ਜਦੋਂ ਜਾਂਦੇ ਕਦੀ ਆਪਣੇ ਕੋਈ ਸਟਾਰਟ ਹੁੰਦੇ ਕੰਮ 'ਤੇ, ਅੱਛਾ ਹਾਂਜੀ ਇੱਧਰੋਂ ਜਾਂਦੇ ਆ ਜਦੋਂ ਬੰਦੇ ਪੰਜਾਬੀ, ਹਾਂਜੀ ਮੋਸਟਲੀ, ਹਾਂਜੀ ਉਹ ਪੋਰਟਲ ਨੂੰ ਲੱਭਦੇ ਵੀ ਪੋਰਟਲ ਲੱਭਦੇ, ਚਲ ਕਿੰਨੇ ਲੋਕ ਤੁਹਾਡੇ ਨਾਲ ਕੰਮ ਕਰ ਰਹੇ ਆ? 2000 ਆ ਇਸ ਵੇਲੇ ਜੀ ਆਪਾਂ ਕੋਲ, ਅੱਛਾ ਹਾਂਜੀ 2000 ਬੰਦੇ ਨੂੰ ਰੁਜ਼ਗਾਰ ਦਿੱਤਾ ਹੋਇਆ ਜੀ, ਬੰਦੇ ਕਿ ਪੈਰ ਛੱਡ ਜਾਂਦੇ ਆ ਕਹਿੰਦੇ ਕਿ ਕੋਈ ਕਾਮਯਾਬ ਹੋ ਜਾਂਦਾ ਬੰਦਾ ਪੈਰ ਬਹੁਤ ਜਲਦੀ ਛੱਡਦਾ, ਤੁਹਾਨੂੰ ਨਹੀਂ ਕਦੇ ਲੱਗਿਆ ਵੀ ਜੜ੍ਹਾਂ ਨਾਲ ਜੁੜੇ ਰਹੇ ਤੁਸੀਂ? ਜਿਹੜੀ ਸਾਰੀ ਸੇਵਾ ਸ਼ੁਰੂ ਕੀਤੀ ਸਾਡੇ ਪਿੰਡ ਤੋਂ ਸ਼ੁਰੂ ਕੀਤੀ, ਕੋਈ ਮੰਦਰ ਬਣਾਇਆ, ਗੁਰਦੁਆਰਾ ਬਣਾਇਆ, ਕੁਛ ਕੀਤੀ, ਘਰ ਬਣਾਏ, ਸਾਰਾ ਕੁਛ ਅਸੀਂ ਪਿੰਡ ਤੋਂ ਸ਼ੁਰੂ ਕੀਤਾ ਸੀ ਪਹਿਲਾਂ, ਫਿਰ ਹੌਲੀ ਹੌਲੀ ਬਾਹਰ ਆਲੇ ਦੁਆਲੇ ਪਿੰਡਾਂ 'ਚ, ਫਿਰ ਦਿੱਲੀ, ਬੰਬੇ, ਬਨਾਰਸ, ਸਾਰੇ ਆਪਣੀ ਸੇਵਾ ਚੱਲਦੀ ਹੈ, ਸਿਕਲੀ ਘਰ ਸਿੱਖਾਂ ਦੀ ਨਾਗਪੁਰ, ਉੱਥੇ ਵੀ ਘਰ ਬਣਾ ਕੇ ਆਪਾਂ ਦਿੱਤੇ ਸੀ, ਮੇਰੀ ਫੀਲਿੰਗ ਬਹੁਤ ਆਉਂਦੀ ਹੈ ਨਾ ਜੋ ਤੁਸੀਂ ਗਰੀਬ ਨੂੰ ਕਿਸੇ ਮਿਲਦੀ ਹੈ ਨਾ, ਤਾਂ ਬਹੁਤ ਮੁਸ਼ਕਲ ਆ, ਤੁਸੀਂ ਹੋਰ ਪਾਸੇ ਨਹੀਂ ਕਿਸੇ ਦੇਖ ਸਕਦੇ, ਯੂ ਹੈਵ ਟੂ ਕੁਛ ਨਾ ਕੁਛ ਤਾਂ ਆਪਾਂ ਨੂੰ ਕਰਨਾ ਪੜਿਆ, ਬੰਦੇ ਨੇ ਸੋਚਣਾ ਪੈਣਾ ਵੀ ਮੈਨੂੰ ਕਿੰਨਾ ਕੁ ਚਾਹੀਦਾ, ਤਾਂ ਉਹਦੇ ਨਾਲ ਮਾਰੇ ਨੇ ਸਮਝਾਤਾ ਵੀ ਤੂੰ ਥੋੜ੍ਹਾ ਥੋੜ੍ਹਾ ਇੱਧਰ ਨੂੰ ਵੀ ਤੁਸੀਂ ਆਉਂਦਾ ਕਰੀ, ਜੋ ਜੀ ਜਦੋਂ ਆਪਣੇ ਘਰ ਦੇ ਬਾਹਰ ਨਿਕਲਦੇ ਬੜੇ ਨਿਆਣੇ ਵੀ ਇਹੀ ਸਮਝਾਉਣਾ, ਤਾਂ ਪਿੱਛੇ ਮੁੜ ਕੇ ਦੇਖੋ ਮਾਰੇ ਨੇ ਕੀ ਦੇ ਦਿੱਤੇ, ਸਾਨੂੰ ਚੇਤਾ ਰੱਖਣਾ ਚਾਹੀਦਾ ਅਸੀਂ ਕਿੱਥੋਂ ਆਏ, ਅਸੀਂ ਕੌਣ ਆ, ਹੈ ਨਾ ਇਸ ਔਖੇ ਹੀ ਉੱਥੇ ਇੰਗਲੈਂਡ 'ਚ ਲੋਕ ਕੱਪੜਾ ਕਰ ਲਿਆ, ਗੱਡੀਆਂ ਲੈ ਲਈਆਂ, ਸਾਰਾ ਕੁਛ ਆ, ਪਰ ਜਿਹੜੇ ਆ ਗਰੀਬ ਆ ਤੁਸੀਂ ਦੇਖ ਨਹੀਂ ਸਕਦੇ। 29 ਜੁਲਾਈ ਫਰੀ ਚੈੱਕਅਪ, ਫਰੀ ਲੈਂਸ ਓਪਰੇਸ਼ਨ, ਦਵਾਈ ਤੈਨਿਕ ਵੀ ਸਾਰੀ ਫਰੀ ਦੇਣੀ ਆ, ਉਹਦੇ ਨਾਲ ਟਰਾਈ ਸਾਈਕਲਸ ਅਤੇ ਵੀਲ ਚੇਅਰਸ ਨਾਲ ਸਿਲਾਈ ਮਸ਼ੀਨ ਇਹ ਸਾਰਾ ਫਰੀ ਦਿੱਤੇ ਜਾਣੀਆਂ। ਇਸ ਤੋਂ ਪਹਿਲਾਂ ਕਿੰਨੀ ਵਾਰ ਕੈਂਪ ਲਗਵਾ ਚੁੱਕੇ ਤੁਸੀਂ? ਹਾਂਜੀ ਆਹ 12ਵਾਂ ਕੈਂਪ ਆ, ਇਹ 12ਵਾਂ ਕੈਂਪ, ਹਾਂਜੀ ਹਰ ਸਾਲ ਲਗਵਾਉਂਦੇ ਹੋ? ਹਰ ਸਾਲ। ਪ੍ਰੋ ਪੰਜਾਬ TV ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਕਰਮ ਸਿੰਘ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਜੋ ਗੁਰੂਆਂ ਨੇ ਸਾਨੂੰ ਮਾਰਗ ਦਿਖਾਏ ਔਰ ਖਾਸ ਤੌਰ 'ਤੇ ਸਿੱਖ ਉਹਨਾਂ ਫਲਸਫਿਆਂ 'ਤੇ ਚੱਲਦੇ ਹੋਏ ਨਜ਼ਰ ਆਉਂਦੇ ਆ, ਔਰ ਨਾਲ ਹੀ ਕਿਉਂਕਿ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਿੱਖ ਗਏ ਉਹ ਗੁਰੂ ਨਾਨਕ ਸਾਹਿਬ ਦੀਆਂ ਦਿੱਤੀਆਂ ਸਿੱਖਿਆਵਾਂ ਨੂੰ ਨਾਲ ਲੈ ਕੇ ਗਏ, ਦਸਵੰਧ ਜਿਹੜਾ ਉਹ ਨਾਲ ਹੀ ਲੈ ਕੇ ਗਏ, ਕਿਉਂਕਿ ਜਿਹੜਾ ਦਸਵੰਧ ਕੱਢਦੇ ਆ, ਔਰ ਆਮ ਤੌਰ 'ਤੇ ਉਹ ਸਾਡੇ ਕਿਹਾ ਜਾਂਦਾ ਹੈ ਕਿ ਜਿੰਨਾ ਵੀ ਤਿਲ ਫੁੱਲ ਕੋਈ ਦਸਵੰਧ ਕੱਢ ਸਕੇ, ਜਿੰਨਾ ਕੁ ਕਿਸੇ ਦਾ ਆਪਦੀ ਕਮਾਈ ਹੁੰਦੀ ਆ ਉਹਦੇ 'ਚੋਂ ਥੋੜ੍ਹਾ ਬਹੁਤ ਵੀ ਹਿੱਸਾ ਕਿਸੇ ਦੇ ਨਾਲ ਸਾਂਝਾ ਕਰੇ, ਔਰ ਇਹੋ ਗੱਲ ਗੁਰੂ ਨਾਨਕ ਸਾਹਿਬ ਸਿਖਾ ਕੇ ਗਏ ਆ ਕਿ ਵੰਡ ਕੇ ਛਕੋ, ਔਰ ਇਸੇ ਫਲਸਫੇ 'ਤੇ ਚੱਲਦੇ ਹੋਏ ਨਜ਼ਰ ਆਉਂਦੇ ਆ ਸਿੱਖ ਜਿੱਥੇ ਮਰਜ਼ੀ ਰਹਿਣ, ਭਾਵੇਂ ਵਿਦੇਸ਼ਾਂ 'ਚ ਜਾ ਕੇ ਵੀ ਪੰਜਾਬੀਆਂ ਨੇ ਮੱਲਾਂ ਮਾਰੀਆਂ ਨੇ, ਔਰ ਉੱਥੇ ਜਾ ਕੇ ਵੀ ਇਸ ਫਲਸਫੇ ਨੂੰ ਭੁੱਲੇ ਨਹੀਂ। ਅਸੀਂ ਗੱਲ ਕਰ ਰਹੇ ਹਾਂ, ਸਾਡੇ ਨਾਲ ਅਜਿਹੀ ਸ਼ਖਸੀਅਤ ਮੌਜੂਦ ਨੇ ਜੋ ਕਿ ਛੋਟੇ ਹੁੰਦਿਆਂ ਹੀ 9 ਸਾਲ ਦੇ ਸੀਗੇ, ਜਾ ਕੇ UK ਚਲੇ ਗਏ,
ਸੁਰਿੰਦਰ ਸਿੰਘ ਨਿੱਜਰ ਸਾਹਿਬ ਔਰ ਫੋਰਟਲ ਗਰੁੱਪ UK ਦੇ ਵਿੱਚ ਬਹੁਤ ਵੱਡੀ ਕੰਪਨੀ ਉਹਨਾਂ ਨੇ ਖੜੀ ਕੀਤੀ। UK ਦੀਆਂ ਟੌਪ ਕੰਪਨੀਜ਼ ਦੇ ਵਿੱਚ ਉਹਨਾਂ ਦਾ ਨਾਂ ਆਉਂਦਾ, ਪਰ ਪੰਜਾਬ ਦੇ ਨਾਲ ਮੋਹ ਉਹਨਾਂ ਦਾ ਬਰਕਰਾਰ ਹੈ। ਪੰਜਾਬ ਦੇ ਵਿੱਚ ਸੇਵਾ ਲਗਾਤਾਰ ਉਹਨਾਂ ਦੀ ਜਾਰੀ ਹੈ। ਸਾਡੇ ਨਾਲ ਨਿੱਜਰ ਸਾਹਿਬ ਨੇ, ਨਿੱਜਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਮੈਂ ਇਹੋ ਜਾਣਨਾ ਚਾਹੂੰਗਾ ਤੁਹਾਡੇ ਤੋਂ, ਸੇਵਾ ਦੇ ਬਾਰੇ ਵੀ ਗੱਲ ਕਰਦੇ ਹਾਂ, ਕਿ ਤੁਸੀਂ ਗਏ ਕਦੋਂ, ਕਿਵੇਂ ਸ਼ੁਰੂਆਤ, ਸਟਰਗਲ ਕਿਹੋ ਜਿਹਾ ਸੀਗਾ ਤੁਹਾਡਾ, ਕਿੰਨੀ ਕੁ ਉਮਰ ਦੇ ਵਿੱਚ ਤੁਸੀਂ ਚਲੇ ਗਏ ਸੀਗੇ UK? ਮੈਂ ਜੀ 9 ਈਅਰ ਓਲਡ ਸੀਗਾ, 1966 ਵਜੇ ਜੀ ਉੱਥੇ ਪਹੁੰਚੇ ਸੀਗੇ। ਤਾਂ 6 ਅਤੇ ਉਹ ਤੋਂ 12 ਪੜ੍ਹਾਈ ਕਰਕੇ ਫਿਰ ਮੈਂ ਬਾਹਰਲੇ ਸੀ ਕੰਮ 'ਤੇ ਲੱਗ ਗਏ ਸੀਗੇ। ਤਾਂ ਫਿਰ ਆਫਟਰ ਦੈਟ ਆ ਵਾਜ 19 ਵਨ ਗੁੱਡ ਸ਼ਾਦੀ ਹੋ ਗਈ ਸੀਗੀ। ਤਾਂ ਫਿਰ ਆਪਣੇ 3 ਬੱਚੇ ਆ, ਹਾਂਜੀ, ਆਪਣੇ ਲੜਕੀ ਤਾਂ 2 ਲੜਕੇ ਜੀ। ਤੁਹਾਡਾ ਸੰਘਰਸ਼ ਕਿਹੋ ਜਿਹਾ ਸੀਗਾ ਨਿੱਜਰ ਸਾਹਿਬ, ਕਿਉਂਕਿ ਇੱਥੋਂ ਬੰਦੇ ਜਾਂਦੇ, ਹੁਣ ਵਾਲੇ ਤਾਂ ਕਹਿੰਦੇ ਜੀ ਸੰਘਰਸ਼ ਬਹੁਤ ਆ, ਕੰਮ ਨਹੀਂ ਮਿਲ ਰਿਹਾ, 100 ਚੀਜ਼ਾਂ। ਉਸ ਵੇਲੇ ਦਾ ਇੰਗਲੈਂਡ ਕਿਹੋ ਜਿਹਾ ਸੀਗਾ, ਉਦੋਂ ਤੁਹਾਨੂੰ ਕਿੰਨਾ ਕੁ ਸੰਘਰਸ਼ ਕਰਨਾ ਪਿਆ? ਉਸ ਤਾਂ ਬਹੁਤ ਡਿਫੀਕਲਟ ਸੀ, ਗੋਰੇ ਉਸ ਲਈ ਯੂਜ਼ ਟੂ ਸੀ ਆਪਣੇ ਬੰਦਿਆਂ ਨੂੰ ਜਾਂ ਹੋਰ ਕਿਸੇ ਬਾਹਰੋਂ ਨਹੀਂ ਰਿਸੀਵ ਇੱਦਾਂ ਕਰਦੇ ਉਸ ਵੇਲੇ। ਤਾਂ ਹੁਣ ਤਾਂ ਬਹੁਤ ਸਮਾਂ ਜ਼ਿਆਦਾ ਚੇਂਜ ਹੋਏ ਆ, ਉਸ ਲਈ ਬਹੁਤ ਡਿਫੀਕਲਟ ਸੀਗਾ ਸਾਰਿਆਂ ਲਈ, ਹਾਂਜੀ, ਸਟਰਗਲ ਕਰਕੇ ਤਾਂ ਗਾਹਾਂ ਪਹੁੰਚੇ ਵੀ ਹੌਲੀ ਹੌਲੀ। ਤੁਹਾਡੇ ਫਾਦਰ ਸਾਹਿਬ ਪਹਿਲਾਂ ਚਲੇ ਗਏ ਸੀ? ਹਾਂਜੀ, ਉਹ ਪਹਿਲਾਂ ਚਲੇ ਗਏ ਸੀ, ਤਾਂ 2-3 ਸਾਲ ਤੁਹਾਡੇ 2-3, ਫਿਰ ਉਹਨਾਂ ਨੇ ਤੁਹਾਨੂੰ ਉੱਥੇ ਬੁਲਾ ਲਿਆ? ਹਾਂਜੀ, ਉੱਥੇ ਬਸ ਗਿਆ। ਸਾਰੀ ਪੜ੍ਹਾਈ ਲਿਖਾਈ ਸਭ ਕੁਛ ਤੁਹਾਡਾ ਇੰਗਲੈਂਡ ਦੇ ਵਿੱਚ ਜੀ? ਹਾਂਜੀ। ਕਦੋਂ ਤੁਹਾਨੂੰ ਇਹ ਲੱਗਿਆ ਕਿ ਹੁਣ ਪੜ੍ਹਾਈ ਲਿਖਾਈ ਤਾਂ ਕਰ ਲਈ, ਹੁਣ ਆਪਦਾ ਬਿਜ਼ਨਸ ਸਟੈਬਲਿਸ਼ ਕਰਨਾ ਚਾਹੀਦਾ? ਹਾਂਜੀ, 1989 ਦੇ ਵਿੱਚ ਅਸੀਂ ਆਪਣੀ ਕੰਪਨੀ ਸ਼ੁਰੂ ਕੀਤੀ, ਉਹ ਛੋਟਾ ਜਿਹਾ ਕੰਮ ਸੀ ਹਲੇ। ਅੱਛਾ। ਤਾਂ ਉਹ ਤੋਂ 12 ਫਿਰ ਥੋੜ੍ਹੇ ਚਿਰਾਂ ਬਾਅਦ ਫਿਰ ਅਸੀਂ ਵੱਡਾ ਸਟੈਪ ਚੱਕਿਆ, ਚਲੋ ਹੋਰ ਜ਼ੋਰ ਲਾਈਏ, ਵਧਾਈਏ। ਤਾਂ ਹੁਣ ਇਸ ਵੇਲੇ ਕਾਫੀ ਮਹਾਰਾਜ ਦੀ ਕਿਰਪਾ ਆ। ਹਾਂਜੀ। ਇਹ ਕਦੋਂ ਲੱਗਿਆ, ਕਿਉਂਕਿ ਇੱਥੋਂ ਬੰਦਾ ਜਾਂਦਾ ਔਰ ਲੋਕ ਸੋਚਦੇ ਆ ਕਿ ਸੈੱਟ ਹੋ ਜਾਈਏ, ਆਪਦਾ ਪਰਿਵਾਰ ਪਰੂਰ ਸੈੱਟ ਕਰ ਲਈਏ ਅਸੀਂ ਜਾ ਕੇ, ਕਿਉਂਕਿ ਹਰ ਬੰਦਾ ਇਹ ਨਹੀਂ ਸੋਚਦਾ ਕਿ ਅਸੀਂ ਬਿਜ਼ਨਸ ਖੜਾ ਕਰੀਏ। ਬੰਦਾ ਕਹਿੰਦਾ ਕਿ ਇੱਕ ਵਾਰ ਪੈਰ ਲਾਈਏ ਉੱਥੇ ਜਾ ਕੇ, ਫਿਰ ਦੇਖਦੇ ਹਾਂ ਕੋਈ ਕੰਮ ਕਾਜ ਤਾਂ ਸਾਨੂੰ ਮਿਲ ਹੀ ਜਾਊਗਾ। ਤੁਹਾਡਾ ਥੋਟ ਸੀਗਾ ਇਹ ਜਾਂ ਫੈਮਿਲੀ ਨੇ ਕਿਹਾ ਕਿ ਨਹੀਂ ਆਪਦਾ ਬਿਜ਼ਨਸ ਹੋਣਾ ਚਾਹੀਦਾ? ਅੱਜ ਕੱਲ੍ਹ ਕਿੰਨੇ ਲੋਕ ਤੁਹਾਡੇ ਨਾਲ ਕੰਮ ਕਰ ਰਹੇ ਆ? 2000 ਆ ਇਸ ਵੇਲੇ ਜੀ ਆਪਾਂ ਕੋਲ। ਅੱਛਾ। ਹਾਂਜੀ, 2000 ਬੰਦੇ ਨੂੰ ਰੁਜ਼ਗਾਰ ਦਿੱਤਾ ਹੋਇਆ ਜੀ ਮਾਰੇ। ਹਾਂਜੀ। ਔਰ ਕਿਹਦਾ ਥੋਟ ਸੀਗਾ ਇਹ ਕਿ ਕੰਪਨੀ ਆਪਦੀ ਖੜੀ ਕੀਤੀ ਜਾਣੀ ਚਾਹੀਦੀ, ਔਰ ਕੰਮ ਕੀ ਹੈ ਕੰਪਨੀ ਦਾ ਬੇਸਿਕਲੀ? ਹਾਂਜੀ, ਆਪਣਾ ਹੀ ਸੀਗਾ ਉਹਦਾ ਖਿਆਲ। ਤਾਂ ਮੇਰੇ ਬ੍ਰਦਰ ਵੀ ਵੱਡੇ ਬੈਠੇ ਸੀਗੇ, ਤਾਂ ਅਸੀਂ ਉੱਧਰ ਗੱਲ ਕਰਦੇ ਸੀਗੇ, ਤਾਂ ਉਹ ਕਹਿੰਦੇ ਤੁਸੀਂ ਥੋੜ੍ਹੀ ਕਰਦੇ ਹਾਂ, ਚਲੋ ਤੁਸੀਂ ਆਪਣਾ ਡਿਸਕਸ਼ਨ ਚੱਲਦੀ ਸੀਗੀ। ਤਾਂ ਮੈਂ ਕਿਹਾ ਚਲੋ ਮੈਂ ਲੀਡ ਕਰਦਾ ਵੀ ਮਾਰੀ ਕਿਰਪਾ ਨਾਲ, ਫਿਰ ਉੱਥੋਂ ਆਪਾਂ ਕੰਸਟਰਕਸ਼ਨ ਤਾਂ ਸ਼ੁਰੂ ਕਰਤਾ ਸੀਗਾ। ਕੰਸਟਰਕਸ਼ਨ ਘਰ ਵਗੈਰਾ ਬਣਾਉਂਦੇ ਹੋ ਜਾਂ ਵੱਡੀਆਂ ਬਿਲਡਿੰਗਸ ਬਣਾਉਂਦੇ ਹੋ, ਕੀ ਕਰਦੇ? ਆਪਣੇ ਯੂਨਿਟਸ ਬਣੇ ਵੱਡੇ, ਤਾਂ ਰੋਡਸ ਬਣਾਉਣੇ ਆ। ਅੱਛਾ। ਹਾਂਜੀ, ਕੰਸਟਰਕਸ਼ਨ ਦਾ ਕੰਮ? ਹਾਂਜੀ, ਕੰਸਟਰਕਸ਼ਨ ਦਾ ਸਾਰਾ ਕੰਮ ਹੈ। ਹਾਂਜੀ, ਠੀਕ ਹੈ। ਔਰ ਅੱਜ ਕੱਲ੍ਹ ਤਾਂ ਠੇਕੇ ਵੀ ਜਾਂ ਟੈਂਡਰ ਦੇ ਹਿਸਾਬ ਨਾਲ ਸਾਰਾ ਸਾਰਾ ਟੋਟਲੀ ਟੋਟਲੀ, ਕਿਉਂਕਿ ਉਹ ਵੀ ਦੇਖੋ ਜੇ ਕੋਈ ਕੰਸਟਰਕਸ਼ਨ ਦਾ ਕੰਮ ਕਾਜ, ਕੋਈ ਸੜਕਾਂ ਬਣਾਉਣ ਦਾ, ਰੋਡ ਦਾ, ਕੋਈ ਵੱਖ ਵੱਖ ਕੰਮ ਆ, ਤਾਂ ਉਹ ਪ੍ਰੋਮੀਨੈਂਟ ਜਿਹੜੀਆਂ ਕੰਪਨੀਆਂ ਚੰਗੀਆਂ ਹੁੰਦੀਆਂ ਉਹਨਾਂ ਨੂੰ ਦਿੱਤੇ ਜਾਂਦੇ, ਵੈਸੇ ਜਿਹਦੀ ਗੁੱਡਵਿਲ ਚੰਗੀ ਹੋਵੇ ਬੇਸਿਕਲੀ, ਬਲੂ ਚਿਪ ਕੰਪਨੀਜ਼। ਹਾਂਜੀ, ਕਾਫੀ ਐਵਰੀ ਸੋਰਟ ਆਫ ਪੰਜਾਬੀ ਬੁੱਲ ਨਾਉ ਫੋਰਟਲ ਇਨ UK, ਯੂਰਪ ਵੀ ਸਾਰੇ ਕਾਫੀ ਜਾਣਦੇ ਆ। ਹਾਂਜੀ, ਪਹਿਲਾਂ ਜਦੋਂ ਜਾਂਦੇ ਕਦੀ ਆਪਣੇ ਕੋਈ ਸਟਾਰਟ ਹੁੰਦੇ ਕੰਮ 'ਤੇ। ਅੱਛਾ। ਹਾਂਜੀ, ਇੱਧਰੋਂ ਜਾਂਦੇ ਆ ਜਦੋਂ ਬੰਦੇ? ਹਾਂਜੀ ਹਾਂਜੀ, ਮੋਸਟਲੀ। ਹਾਂਜੀ, ਉਹ ਫੋਰਟਲ ਨੂੰ ਲੱਭਦੇ ਵੀ ਫੋਰਟਲ? ਬਿਲਕੁਲ। ਹਾਂਜੀ ਹਾਂਜੀ, ਤਾਂ ਫੋਰਟਲ 'ਚ ਜਾ ਕੇ ਉੱਥੇ ਵੀ ਦੇਖਦੇ ਹੋਣੇ ਵੀ ਫੋਰਟਲ ਵਾਲੇ ਤਾਂ ਪੰਜਾਬ ਦੇ ਆ ਸਾਡੇ? ਬਿਲਕੁਲ ਜੀ। ਹਾਂਜੀ, ਪਹਿਲਾਂ ਕਈ ਕਿਹਨੇ ਪਤਾ ਨਹੀਂ ਹੁੰਦਾ ਵਿਚਾਰੇ ਉਹਨਾਂ ਨਾਲ ਨੋ ਨਹੀਂ ਹੁੰਦੇ, ਤਾਂ ਉਹ ਸਮਝੇ ਖਰੇ ਗੋਰਿਆਂ ਦੀ ਕੰਪਨੀ ਫੋਰਟਲ ਨਾ ਇੱਦਾਂ ਦਾ। ਹਾਂਜੀ, ਚਲੋ ਮਾਰੇ ਕਿਰਪਾ ਕੀਤੀ।
ਹਾਂਜੀ ਉੱਥੇ ਜਾ ਕੇ ਜਿਸ ਉੱਥੇ ਜਾ ਕੇ ਤੁਸੀਂ ਪੰਜਾਬੀ ਜਦੋਂ ਦੇਖ ਕੇ ਬੰਦੇ ਨਾਲ ਪੰਜਾਬੀ 'ਚ ਗੱਲ ਕਰਦੇ ਹੋਗੇ ਫਿਰ ਉਹਨਾਂ ਨੂੰ ਮੈਨੂੰ ਲੱਗਦਾ ਤੁਹਾਡੀ ਲੁੱਕ ਦੇਖ ਕੇ ਵੀ ਲੱਗਦਾ ਹੋਣਾ ਗੋਰੇ ਪੰਜਾਬੀ ਹੋ ਜਾਂਦਾ ਕਈ ਵਾਰੀ ਤਾਂ ਜ਼ਰੂਰ ਹੋਇਆ ਕਾਫੀ ਵਾਰੀ ਤੁਹਾਡੇ ਮਤਲਬ ਸਾਰੀ ਪਰਵਰਿਸ਼ ਤੁਹਾਡੀ ਉੱਥੇ ਹੀ ਹੋਈ ਹੈ ਹਾਂਜੀ ਉੱਥੇ ਹੀ ਉੱਥੇ ਹੀ ਹੋਈ ਹੈ ਇੱਥੇ ਪੰਜਾਬ ਦੇ ਵਿੱਚ ਕਿੱਥੋਂ ਸੰਬੰਧ ਰੱਖਦੇ ਹੋ ਤੁਸੀਂ ਆਪਣੀ ਡਮੇਲੀ ਪਿੰਡ ਹੈ ਜੀ ਸਾਡਾ ਪਕੌੜੇ ਲਾਗੇ ਡਮੇਲੀ ਡਮੇਲੀ ਪਿੰਡ ਹਾਂਜੀ ਹਾਂਜੀ ਜਿਹੜੀ ਤੁਸੀਂ ਪੁੱਛਿਆ ਸੀਗਾ ਵੀ ਲਗਨ ਕਿੱਦਾਂ ਹੋਈ ਸੀਗੀ ਇਹ ਸੰਤ ਬਾਬਾ ਦਸਿਆ ਸਿੰਘ ਕੁੱਲੀ ਵਾਲਿਆਂ ਅੰਮ੍ਰਿਤਸਰ ਤੋਂ ਉਹਨੇ ਦੀ ਅਸੀਂ ਸੰਗਤ ਕਰਦੇ ਸੀਗੇ ਆਪਾਂ ਮੰਨਦੇ ਗੁਰੂ ਗ੍ਰੰਥ ਸਾਹਿਬ ਨੂੰ ਪਰ ਸੰਗਤ ਤੁਸੀਂ ਕਰ ਸਕਦੇ ਹੋ ਕੋਈ ਵੀ ਮਹਾਂਪੁਰਸ਼ ਹੋਵੇ ਚੰਗੇ ਜੀ ਤੁਹਾਨੂੰ ਕੋਈ ਸਿਖਾਵੇ ਤਾਂ ਉਹ ਹਮੇਸ਼ਾ ਕਹਿੰਦੇ ਹੁੰਦੇ ਆ ਕਦੇ ਪੈਸੇ ਨਹੀਂ ਲੈਂਦੇ ਸੀ ਕਿਸੇ ਤੋਂ ਉਹ ਹਮੇਸ਼ਾ ਕਹਿੰਦੇ ਹੁੰਦੇ ਕਿ ਤੁਸੀਂ ਕੋਸ਼ਿਸ਼ ਕਰੋ ਵੀ ਕਿਸੇ ਲੜਕੀ ਦਾ ਵਿਆਹ ਕਰ ਦਿਓ ਕਿਤਾਬਾਂ ਲੈ ਦਿਓ ਰਾਹ ਬਣਾ ਦਿਓ ਅੱਖਾਂ ਦਾ ਕਰਵਾ ਦਿਓ ਸੋ ਉਹ 'ਤੇ ਅਸੀਂ ਕਾਫੀ ਕੋਸ਼ਿਸ਼ ਕਰਦੇ ਹਾਂ ਉਹ ਰਸਤੇ 'ਤੇ ਚੱਲਣ ਦਾ ਗੁਰੂ ਨਾਨਕ ਦੇਵ ਜੀ ਦਾ ਇਹ ਸੰਦੇਸ਼ ਆਪਾਂ ਨੂੰ ਹਾਂਜੀ ਔਰ ਇਹ ਚੰਗੀ ਗੱਲ ਹੈ ਕਿ ਤੁਸੀਂ ਗੁਰਬਾਣੀ ਦੇ ਨਾਲ ਜੁੜੇ ਹੋਏ ਹੋ ਜੀ ਔਰ ਪੰਜਾਬ ਦੇ ਨਾਲ ਜੁੜੇ ਹੋਏ ਹੋ ਜੀ ਜੜਾ ਨਹੀਂ ਤਾਂ ਬੰਦੇ ਕਿ ਪੈਰ ਛੱਡ ਜਾਂਦੇ ਆ ਕਹਿੰਦੇ ਕਿ ਕੋਈ ਕਾਮਯਾਬ ਹੋ ਜਾਂਦਾ ਬੰਦਾ ਪੈਰ ਬਹੁਤ ਜਲਦੀ ਛੱਡਦਾ ਤੁਹਾਨੂੰ ਨਹੀਂ ਕਦੇ ਲੱਗਿਆ ਵੀ ਜੜਾ ਨਾਲ ਜੁੜੇ ਰਹੇ ਤੁਸੀਂ ਮੈਂ ਤੁਹਾਨੂੰ ਦੱਸ ਥੋੜ੍ਹੀ ਸਟੋਰੀ ਬਹੁਤ ਚਿਰ ਦੀ ਗੱਲ ਆ ਮੈਂ ਤਾਂ ਮੇਰੀ ਮਦਰ ਆਏ ਸੀਗੇ ਪੰਜਾਬ ਆਪਣੇ ਪਿੰਡ ਸਾਡੇ ਡਮੇਲੀ ਤਾਂ ਉੱਥੇ ਅਸੀਂ ਰਾਤ ਨੂੰ ਹਵੇਲੀ ਜਾਣਾ ਸੀਗਾ ਤਾਂ ਹਨੇਰਾ ਹੋ ਗਿਆ ਸੀਗਾ ਤਾਂ ਜਦੋਂ ਮੈਂ ਬਾਹਰ ਨਿਕਲਿਆ ਉੱਥੇ ਤਾਂ ਕਾਫੀ ਬੱਚੇ ਰੋਣ ਛੋਟੇ ਬੱਚੇ ਤਾਂ ਮੈਂ ਆਪਣੇ ਚਾਚੇ ਦਾ ਮੁੰਡਾ ਸੀਗਾ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਆਹ ਬੱਚੇ ਕਦੇ ਰੋਂਦੇ ਆ ਉਹ ਕਹਿੰਦੇ ਬਿਜਲੀ ਚਲ ਗਈ ਨੇ ਤਾਂ ਮੈਂ ਬਿਜਲੀ ਚਲ ਗਈ ਕਹਿੰਦੇ ਫਿਰ ਬੱਤੀ ਹੁਣ ਪੱਖੇ ਨਹੀਂ ਚੱਲਦੇ ਕੁਛ ਨਹੀਂ ਤਾਂ ਮੱਛਰ ਆ ਕੇ ਲੜਦਾ ਤਾਂ ਫਿਰ ਮੈਂ ਕਿਹਾ ਇਹਦਾ ਹੱਲ ਕੀ ਆ ਤਾਂ ਕਿੱਦਾਂ ਕਰ ਸਕਦੇ ਆਪਾਂ ਬਿਜਲੀ ਕਿੱਦਾਂ ਸੀ ਹਰ ਵੇਲੇ ਤਾਂ ਉਹ ਕਹਿੰਦੇ ਆਪਾਂ ਨੂੰ ਬਿਜਲੀ ਉੱਥੇ ਜਾਣਾ ਪੈਣਾ ਜਿੱਥੇ ਹੋਊਗਾ ਉਹਨਾਂ ਦਾ ਆਫਿਸ ਉੱਥੇ ਜਾ ਕੇ ਪੇਮੈਂਟ ਕਰਾਉਣੀ ਪੈਣੀ ਆ ਸੋ ਆਮ ਟੋਕਿੰਗ ਅਬਾਊਟ ਨੀਅਰਲੀ 20+ ਈਅਰਸ ਤਾਂ ਉਸ ਲਈ ਫਿਰ ਅਸੀਂ ਜਾ ਕੇ ਉਹ ਬਿਜਲੀ ਫਰੀ ਕਰਾਈ ਸੀ ਉਹਨਾਂ ਤੋਂ ਸਾਡੇ ਪਿੰਡ ਦੀ ਸਾਰੀ ਅਤੇ ਜਿਹੜੀ ਸਾਰੀ ਸੇਵਾ ਸ਼ੁਰੂ ਕੀਤੀ ਸਾਡੇ ਪਿੰਡ ਤੋਂ ਅਸੀਂ ਸ਼ੁਰੂ ਕੀਤੀ ਕੋਈ ਮੰਦਰ ਬਣਾਇਆ ਗੁਰਦੁਆਰਾ ਬਣਾਇਆ ਕੁਛ ਹੈਲਪ ਕੀਤੀ ਘਰ ਬਣਾਏ ਸਾਰਾ ਕੁਛ ਅਸੀਂ ਪਿੰਡ ਤੋਂ ਸ਼ੁਰੂ ਕੀਤਾ ਸੀ ਮੈਂ ਪਹਿਲਾਂ ਫਿਰ ਹੌਲੀ ਬਾਹਰ ਆਲੇ ਦੁਆਲੇ ਪਿੰਡਾਂ 'ਚ ਫਿਰ ਦਿੱਲੀ ਬੰਬੇ ਬਨਾਰਸ ਸਾਰੇ ਆਪਣੀ ਸੇਵਾ ਚੱਲਦੀ ਹੈ ਸਿਕਲੀ ਘਰ ਸਿੱਖਾਂ ਦੀ ਨਾਗਪੁਰ ਉੱਥੇ ਵੀ ਘਰ ਬਣਾ ਕੇ ਆਪਾਂ ਦਿੱਤੇ ਸੀਗੇ ਹਾਂਜੀ ਅੱਛਾ ਹਾਂਜੀ ਕਿੰਨੇ ਚਿਰ ਤੋਂ ਤੁਸੀਂ ਉਹ ਤੁਹਾਡਾ ਪਹਿਲਾ ਉਹ ਸੀਗਾ ਸੇਵਾ ਦਾ ਜਿਹੜਾ ਕਿਹਾ ਜਾ ਸਕਦਾ ਸਾਡੇ ਪਿੰਡ ਜਿਹੜੀ ਸ਼ੁਰੂ ਕੀਤੀ ਪਹਿਲੀ ਜਿਹੜੀ ਬੱਚਿਆਂ ਨੂੰ ਦੇਖ ਕੇ ਤੁਸੀਂ ਸ਼ੁਰੂ ਕੀਤਾ ਹਾਂਜੀ ਉੱਥੋਂ ਹੀ ਫਿਰ ਅੱਗੇ ਦੀ ਅੱਗੇ ਥੋਟ ਆਇਆ ਕਿ ਨਹੀਂ ਹੁਣ ਥੋੜ੍ਹਾ ਬਹੁਤਾ ਦਸਵੰਧ ਇੱਧਰਲੇ ਬੰਨੇ ਵੀ ਕੱਢਣਾ ਹਾਂਜੀ ਕੰਪਨੀ ਵੀ ਬਹੁਤ ਗੁਰੂ ਹੋਣ ਲੱਗ ਪਈ ਤਾਂ ਜੇ ਮਾਰੇ ਕਿਰਪਾ ਕੀਤੀ ਤਾਂ ਮੁੜ ਕੇ ਫਿਰ ਚਲੋ ਇਹ ਵੀ ਜ਼ਰੂਰੀ ਹੈ ਮੈਨੂੰ ਫੀਲਿੰਗ ਬਹੁਤ ਇੱਦਾਂ ਆਉਂਦੀ ਹੈ ਨਾ ਜੋ ਤੁਸੀਂ ਗਰੀਬ ਨੂੰ ਕਿਸੇ ਮਿਲਦੇ ਹੈ ਨਾ ਤਾਂ ਬਹੁਤ ਮੁਸ਼ਕਲ ਆ ਤੁਸੀਂ ਹੋਰ ਪਾਸੇ ਨੂੰ ਕਿਸੇ ਦੇਖ ਸਕਦੇ ਯੂ ਹੈਵ ਟੂ ਕੁਛ ਨਾ ਕੁਛ ਤਾਂ ਆਪਾਂ ਨੂੰ ਕਰਨਾ ਪੜੇ ਚਾਹੀਏ ਦਾ ਹੈ ਨਾ ਹਾਂਜੀ ਹੁਣ ਸਾਰਾ ਕੁਛ ਮਾਰੇ ਨੇ ਦਿੱਤਾ ਆ ਪ੍ਰੋਬਲੀ ਜ਼ਿਆਦਾ ਦਿੱਤਾ ਹੈ ਜਿੱਦਾਂ ਆਪਾਂ ਸਾਂਭ ਸਕਦੇ ਹਾਂ ਬੰਦੇ ਨੂੰ ਸੋਚਣਾ ਪੈਣਾ ਵੀ ਮੈਨੂੰ ਕਿੰਨਾ ਕੁ ਚਾਹੀਦਾ ਤਾਂ ਉਹਦੇ ਨਾਲ ਮਾਰੇ ਨੇ ਸਮਝਾਤਾ ਵੀ ਤੂੰ ਥੋੜ੍ਹਾ ਥੋੜ੍ਹਾ ਇੱਧਰ ਨੂੰ ਵੀ ਤੁਸੀਂ ਆਉਂਦਾਨ ਕਰੀ ਜਾਓ ਹਾਂਜੀ ਤੁਸੀਂ ਕਦੇ ਸੋਚਦੇ ਹੋ ਇਕੱਲੇ ਬੈਠ ਕੇ ਇਸ ਚੀਜ਼ ਨੂੰ ਲੈ ਕੇ ਕਿ ਕਿੱਥੋਂ ਆਪਾਂ ਗਏ ਸੀਗੇ ਕਿੱਥੋਂ ਕੰਮ ਜਾ ਕੇ ਸ਼ੁਰੂ ਕੀਤਾ ਔਰ ਅੱਜ ਪਰਮਾਤਮਾ ਨੇ ਕਿੱਥੇ ਬਿਠਾ ਬਿਲਕੁਲ ਜੀ ਐਵਰੀ ਡੇ ਨੋਟ ਜਸਟ ਇੱਕ ਵਾਰੀ ਨਹੀਂ ਰੋਜ਼ ਹੀ ਜਦੋਂ ਆਪਣੇ ਘਰ ਦੇ ਬਾਹਰ ਅਸੀਂ ਨਿਕਲਦੇ ਆਪਣੇ ਨਿਆਣੇ ਮੈਂ ਇਹ ਸਮਾਨਾ ਪਿੱਛੇ ਮੁੜ ਕੇ ਦੇਖੋ ਮਾਰੇ ਨੇ ਕੀ ਦੇ ਦਿੱਤੇ ਗਾਣੇ ਵੀ ਹੈਗਾ ਮਹਿਲਾ ਮੂਰੀਆਂ ਮਾਰੇ ਕੁਛ ਇੱਦਾਂ ਵੀ ਹੈਗਾ ਜਿੱਦਾਂ ਹੁਣ ਇੰਨਾ ਕੁਛ ਦੇ ਦਿੱਤਾ ਆ ਸਾਨੂੰ ਚੇਤਾ ਰੱਖਣਾ ਚਾਹੀਦਾ ਅਸੀਂ ਕਿੱਥੋਂ ਆਏ ਸੀ ਕੌਣ ਆ ਹੈ ਨਾ ਇਸ ਔਖੇ ਹੀ ਉੱਥੇ ਇੰਗਲੈਂਡ ਚਲੋ ਕੱਬੜਾ ਕਰ ਲਿਆ ਗੱਡੀਆਂ ਲੈ ਲਈਆਂ ਸਾਰਾ ਕੁਛ ਆ ਪਰ ਜਿਹੜੇ ਆ ਗਰੀਬ ਆ ਤੁਸੀਂ ਦੇਖ ਨਹੀਂ ਸਕਦੇ ਕਿੰਨੀ ਰਾਤ ਕੱਲ੍ਹ ਅਸੀਂ ਤੂਰੀ ਗਏ ਸੀ ਉੱਥੇ ਆਪਾਂ ਕੈਂਪ ਲਾ ਰਹੇ ਹਾਂ ਨਾ ਅੱਖਾਂ ਦਾ ਕੈਂਪ ਲਾ ਰਹੇ ਹਾਂ ਬਹੁਤ ਵੱਡਾ ਕਿੰਨੀ ਤਰੀਕ ਨੂੰ ਲਾ ਰਹੇ ਹੋ ਕੈਂਪ 29 ਜੁਲਾਈ ਜਿਹੜੀਆਂ ਹੋਣੀਆਂ 2024 ਦੇ ਵਿੱਚ ਲਾ ਰਹੇ ਹਾਂ ਤਾਂ ਉਹਦੇ ਵਿੱਚ ਫਰੀ ਚੈੱਕਅਪ ਫਰੀ ਲੈਂਸ ਓਪਰੇਸ਼ਨ ਦਵਾਈ ਤੈਨਕ ਵੀ ਸਾਰੀ ਫਰੀ ਦੇਣੀ ਆ ਉਹਦੇ ਨਾਲ ਟਰਾਈ ਸਾਈਕਲਸ ਅਤੇ ਵੀਲ ਚੇਅਰਸ ਨਾਲ ਸਿਲਾਈ ਮਸ਼ੀਨ ਵੀ ਸਾਰਾ ਫਰੀ ਦਿੱਤੇ ਜਾਣੀ ਆ ਪਹਿਲਾਂ ਆਪਣੇ ਬੰਦੇ ਟੀਮ ਆਪਣੀ ਗਈਆਂ 3 ਮਹੀਨੇ ਚੱਲੇ ਆ ਘਰ ਘਰ ਉਹ ਸਾਰੇ ਏਰੀਆ ਗਾ ਤਾਂ ਹੁਣ ਉਹ ਸੇਵੇ ਨੀਲੀ ਨਫ ਹੋ ਗਈ ਆ ਅਤੇ ਨੈਕਸਟ ਵੀਕ ਸਾਰੇ ਇਹ ਉਹਨਾਂ ਨੇ ਫਾਈਨਲ ਕਰਕੇ ਤਾਂ ਆਪਾਂ ਉਸ ਦਿਨ ਨੂੰ
ਸਾਰਾ ਇਹ ਕਰਨਾ। ਬਾਕੀ ਜਿੰਨੇ ਅੱਖਾਂ ਦੇ ਆ ਗਏ ਚੈੱਕਅਪ ਕਰਵਾਉਣ ਜਾਂ ਜਿੰਨੇ ਬਾਅਦ 'ਚ ਓਪਰੇਸ਼ਨ ਆ, ਉਹ ਸਾਰੀ ਦਿਹਾੜੀ ਬੰਦ ਨਹੀਂ ਡਾਕਟਰ ਕਰੂਗੇ ਚਾਹੇ ਰਾਤ ਦੇ 12 ਵੱਜਣ। ਜਿੰਨੇ ਵੀ ਆ ਗਏ ਚੈੱਕਅਪ ਕਰਵਾਉਣ, ਜਿਹਨਾਂ ਦੇ ਵੀ ਕਲੀਨਿਕ ਦੇਣੀ ਆ, ਦਵਾਈ ਦੇਣੀ ਆ, ਓਪਰੇਸ਼ਨ ਸਾਰਾ ਦੇਖ ਕੇ ਉਹਨਾਂ ਨੂੰ ਭੇਜਦੇ ਆ। ਹਾਂਜੀ। ਅੱਛਾ, ਕਿੰਨੇ ਲੋਕਾਂ ਦਾ ਐਸਟੀਮੇਟ ਲੱਗ ਗਿਆ ਤੁਹਾਨੂੰ ਵੀ ਕਿੰਨੇ ਕੁ ਲੋਕ ਆ ਸਕਦੇ ਆ? ਇਸ ਵੇਲੇ ਨਾ ਬਹੁਤ ਵੱਡਾ ਕੈਂਪ ਲੱਗ ਰਿਹਾ, ਦ ਬਿਗੈਸਟ ਕੈਂਪ ਵੀ ਐਵਰ ਡਨ। ਉਹਦੇ ਬੈਚ ਨਾ, ਸੋਰੀ ਮੈਂ ਵਿੱਚ ਇੰਗਲਿਸ਼ ਕੋਈ ਗੱਲ, ਤਾਂ ਉਹਦੇ ਬੈਚ ਇੱਦਾਂ ਸੀਗਾ ਵੀ ਲਾਸਟ ਈਅਰ ਮੇਰੀ ਇੱਥੇ ਮੀਟਿੰਗ ਹੋਈ ਸੀਗੀ ਗੁਰਪ੍ਰੀਤ ਮਾਨ ਜੀ ਨਾਲ, ਤਾਂ ਉਹਨੇ ਕਿਹਾ ਸੀਗਾ ਗੁਰਪ੍ਰੀਤ ਕੌਰ ਮਾਨ, ਹਾਂਜੀ, ਜੋ ਮਾਨ ਸਾਹਿਬ ਦੇ ਸੀਐਮ ਸਾਹਿਬ ਦੇ ਵਾਈਫ, ਤਾਂ ਉਹਨਾਂ ਨਾਲ ਮੀਟਿੰਗ ਹੋਈ ਸੀਗੀ, ਤਾਂ ਉਹਨਾਂ ਨੂੰ ਪਤਾ ਸੀਗਾ ਵਿੱਚ ਕੈਂਪ ਲਾਉਂਦੇ ਆ, ਤਾਂ ਗੱਲਾਂ ਚੱਲਦੀਆਂ ਚੱਲਦੀਆਂ ਉਹ ਕਹਿੰਦੇ ਤੁਸੀਂ ਸਾਡੇ ਇਲਾਕੇ 'ਚ ਲਾਓ। ਅੱਛਾ, ਤਾਂ ਅੱਜ ਲਾਉਣਾ ਸੀ ਅਸੀਂ ਹੋਰ ਕਿਸੇ ਇਲਾਕੇ ਦੇ ਵਿੱਚ, ਇੱਦਾਂ ਦੋ ਤਿੰਨ ਵਾਰੀ ਅੱਗੇ ਸਾਨੂੰ ਹੋਇਆ ਆ। ਚਲੋ ਮੈਂ ਕਿਹਾ ਕੋਈ ਨਹੀਂ, ਆਪਾਂ ਤਾਂ ਕੈਂਪ ਲਾਉਣਾ ਸੀ, ਤਾਂ ਸੇਵਾ ਕਰਨੀ ਜਿੱਥੇ ਮਰਜ਼ੀ ਕਰ ਸਕਦੇ ਹਾਂ। ਅੱਛਾ, ਉਹਨਾਂ ਨੇ ਤੁਹਾਨੂੰ ਕਿਹਾ ਡਾਕਟਰ ਗੁਰਪ੍ਰੀਤ ਕੌਰ ਮਾਨ, ਉਹਨਾਂ ਨੇ ਕਿਹਾ ਵੀ ਸਾਡੇ ਧੂਰੀ ਦੇ ਵਿੱਚ ਲਾਓ ਤੁਸੀਂ? ਧੂਰੀ ਵਿੱਚ ਲਾਓ, ਤਾਂ ਮੈਂ ਉਹ, ਮੈਨੂੰ ਉਹ ਏਰੀਆ ਦਾ ਬੜਾ ਪਤਾ ਨਹੀਂ ਸੀਗਾ, ਉਹ ਤਾਂ ਮੈਨੂੰ ਬੜਾ ਕਾਫੀ ਫਿਰਿਆ ਪਰ ਉਹ ਏਰੀਆ ਮੈਨੂੰ ਪਤਾ ਨਹੀਂ ਸੀਗਾ ਧੂਰੀ ਕਿੱਦਾਂ ਆ। ਤਾਂ ਉਹ ਕਹਿੰਦੇ ਸਾਡੀ ਗਰੀਬੀ ਬਹੁਤ ਆ ਕਿ ਜ਼ਰੂਰ ਦੇਖੋ ਤੁਸੀਂ ਉੱਧਰ ਨੂੰ। ਸੋ ਮੈਂ ਕਿਹਾ ਚਲੋ ਨਾ ਗੱਲਬਾਤ ਕਰ ਲਈ, ਚਲੋ ਤੁਹਾਡੇ ਉੱਥੇ ਲਾ ਨੇ, ਪਰ ਮੈਂ ਇੱਕ ਵਾਰੀ ਦੇਖਣਾ ਚਾਹੁੰਦਾ ਸੀਗਾ। ਤਾਂ ਅਸੀਂ ਫਿਰ ਉਹ ਤੋਂ ਬਾਹਰ ਗਏ ਸੀਗੇ ਆਪਣੀ ਸਾਰੀ ਟੀਮ, ਤਾਂ ਅਸੀਂ ਦੇਖੇ ਆਉਂਦੇ ਹਾਂ, ਦੇਖ ਲਓ ਤਾਂ ਚਲੋ ਰੋਡ ਦੂਜੇ ਇੰਟਰਲੋਕ ਲੱਗੀ ਵਾ, ਸਾਰਾ ਕੁਝ ਘਰ ਵੀ ਲੱਗਦੇ ਸੀਗੇ, ਪਰ ਜਦੋਂ ਅਸੀਂ ਘਰ ਘਰ ਜਾ ਲੱਗਦੇ ਨਾ, ਬਹੁਤ ਜ਼ਿਆਦਾ ਗਰੀਬੀ ਸੀਗੀ, ਦੇਖ ਨਹੀਂ ਹੁੰਦਾ ਸੀਗਾ ਲੋਕ ਜੇਕੋ ਕੁਛ ਵੀ ਨਹੀਂ ਹੈਗਾ। ਤਾਂ ਉੱਥੇ ਬੜੀ ਮਨ ਨੂੰ ਆਇਆ, ਮੈਂ ਕਿਹਾ ਚਲੋ ਜ਼ਰੂਰ ਇੱਥੇ ਆਪਾਂ ਚੜ੍ਹ ਕੇ ਲਾਉਂਦੇ ਹਾਂ। ਤਾਂ ਹੁਣ ਅਸੀਂ ਵੀ ਐਕਸਪੈਕਟਿੰਗ ਅਰਾਊਂਡ ਅਬਾਊਟ 12,000 ਪੀਪਲ ਔਨ ਦ ਡੇ, ਇਹ ਅਟੈਂਡ ਕਰੂਗੇ ਸਾਰੇ ਜਣੇ ਉੱਥੇ। ਹਾਂਜੀ, ਠੀਕ ਹੈ। ਇਸ ਤੋਂ ਪਹਿਲਾਂ ਕਿੰਨੀ ਵਾਰ ਕੈਂਪ ਲਗਵਾ ਚੁੱਕੇ ਤੁਸੀਂ? ਹਾਂਜੀ, ਆ 12ਵਾਂ ਕੈਂਪ ਆ ਜੀ, 12ਵਾਂ ਕੈਂਪ। ਹਾਂਜੀ, ਹਰ ਸਾਲ ਲਗਵਾਉਂਦੇ ਹੋ? ਹਰ ਸਾਲ ਹੀ ਲਾਉਂਦੇ। ਹਾਂਜੀ, ਕੋਈ ਦਿਨ ਮਿੱਥੇ ਹੋਇਆ ਤੁਸੀਂ? ਨਹੀਂ ਜੀ, ਦਿਨ ਨਹੀਂ ਹੋਈ, ਜਿਹੜਾ ਮਰਜ਼ੀ ਹੈ ਨਾ ਮਹਾਰਾਜ ਜੀ ਦਿਨ ਨੂੰ ਇੱਦਾਂ ਰੱਖਦੇ, ਆਪਣਾ ਸਾਰੇ ਸੱਤੇ ਨੇ ਇੱਕੋ ਜਿਹਾ ਹੀ ਆ। ਹਾਂਜੀ, ਕੀ ਅਹਿਸਾਸ ਕੀ ਕਿਹੋ ਜਿਹਾ ਹੁੰਦਾ ਜਦੋਂ ਤੁਸੀਂ ਕਿਸੇ ਦੀ ਹੈਲਪ ਕਰ ਦਿੰਦੇ ਹੋ, ਕਿਸੇ ਦੀ ਮਦਦ ਕਰ ਦਿੰਦੇ ਹੋ ਜੀ, ਔਰ ਉਸ ਤੋਂ ਬਾਅਦ ਕੀ ਅਹਿਸਾਸ ਤੁਹਾਨੂੰ ਫੀਲ ਹੁੰਦਾ? ਜਿੱਦਾਂ ਮੈਂ ਥੋੜ੍ਹੀ ਜਿਹਾ ਦੱਸ ਲੱਗਿਆ, ਕੱਲ੍ਹ ਅਸੀਂ ਜਦੋਂ 12 ਫੈਮਲੀ ਉੱਥੇ ਮੈਂ ਗਏ ਸੀ, ਉੱਥੇ ਪੈਲਿਸ ਵਿੱਚ ਨਾ ਆਪਾਂ ਸੈਟਅਪ ਕਰਦੇ ਹੁੰਦੇ ਹਾਂ, ਤਾਂ ਮੈਂ ਜਾ ਕੇ ਆਪਣੇ ਜ਼ਰੂਰ ਕਰਦਾ ਦੇਖ ਕੇ ਵੀ ਕਿੱਥੇ ਕਿਹਨੇ ਬਹਿਣਾ, ਕਿੱਦਾਂ ਕਰਨੀ ਆ। ਤਾਂ ਅਸੀਂ ਨੋਰਮਲੀ ਅੱਗੇ ਨਾ ਪਹਿਲਾਂ ਆਪਣੇ ਕੋਈ ਨਾ ਕੋਈ ਆਪਣੇ ਸਟਾਰ ਆਉਂਦੇ ਆ, ਗ੍ਰੇਟ ਖਲੀ ਮੇਰਾ ਫਰੈਂਡ ਆ, ਬਿਨੂ ਢਿੱਲੂ ਜੀ, ਇਹਦੇ ਸਾਰੇ ਆਉਂਦੇ ਅੱਗੇ, ਦੇਵ ਗੌੜ ਜੀ ਆਏ ਆ ਇਹ। ਤਾਂ ਇਸ ਵੇਲੇ ਜਦੋਂ ਇਸੇ ਆਪਾਂ ਦੌਰਾ ਕਰਦੇ ਪਿੰਡ ਦਾ ਨਾ, ਉੱਥੇ ਕੁੜੀਆਂ ਨੇ ਥੋੜ੍ਹੇ ਮੁੰਡੇ ਵੀ ਖੜ੍ਹੇ ਸਾਰੇ ਨੇ, ਉਹ ਸਾਨੂੰ ਕਹਿੰਦੇ ਸਾਨੂੰ ਪਤਾ ਵੀ ਤੁਸੀਂ ਅੱਗੇ ਸਟਾਰ ਲੈ ਕੇ ਆਉਂਦੇ, ਸਾਡੇ ਵੀ ਕੋਈ ਨਾ ਕੋਈ ਸੁਪਰ ਸਟਾਰ, ਉਹਨੇ ਇੱਦਾਂ ਹੀ ਕਹਿਤਾ ਵਿਚਾਰੇ ਨੇ। ਤਾਂ ਮੈਂ ਚਲੋ ਕੋਸ਼ਿਸ਼ ਕਰਾਂਗੇ, ਕਹਿੰਦੇ ਨਹੀਂ ਨਹੀਂ ਕੋਸ਼ਿਸ਼ ਨਹੀਂ, ਪਲੀਜ਼ ਤੁਸੀਂ ਕੋਈ ਨਾ ਕੋਈ ਲਚੂਰ ਲੈ ਕੇ ਆਓ, ਸਾਡਾ ਵੀ ਰੂਹ ਆ, ਸਾਡੇ ਅਸੀਂ ਗਰੀਬ ਹਾਂ, ਅਸੀਂ ਕਿਸੇ ਨਾ ਕਿਸੇ ਸੁਪਰ ਸਟਾਰ ਨੂੰ ਮਿਲ ਸਕਦੇ ਹਾਂ। ਤਾਂ ਫਿਰ ਇਸ ਵਾਸਤੇ ਸਫਾ ਸ਼ੈਟੀ ਜੀ ਆ ਰਹੇ ਆ। ਕੌਣ ਆ ਰਹੇ? ਸਫਾ ਸ਼ੈਟੀ। ਅੱਛਾ, ਜਿਹੜੇ ਬੋਲੀਵੁੱਡ ਦੇ ਮੈਗਾ ਸਟਾਰ ਆ ਬੋਲੀਵੁੱਡ ਦੇ, ਤਾਂ ਉਹ ਉੱਧਰ ਨੂੰ ਪਹੁੰਚ ਰਹੇ ਉੱਥੇ ਉੱਧਰ ਨੂੰ। ਤਾਂ ਉਹਨਾਂ ਦੀ ਰਿਕੁਐਸਟ, ਚਲੋ ਮੈਂ ਕਿਹਾ ਤੁਹਾਡੇ ਵਿਚਾਰਿਆਂ ਦੀ ਹੋਰ ਕੌਣ ਪੂਰੀ ਕਰੂਗਾ ਬੋਲੈਸ। ਤਾਂ ਉਹ ਕੱਲ੍ਹ ਫਿਰ ਜਦੋਂ ਮੈਂ ਤੁਹਾਨੂੰ ਸਰ, ਕੱਲ੍ਹ 11 ਫੈਮਲੀ ਆਈਆਂ ਸੀ, 15 ਫੈਮਲੀ ਸੋਰੀ, ਇੰਨੇ ਗਰੀਬ ਸੀਗਾ ਨਾ, ਮੈਂ ਵੀ ਰੋਇਆ, ਉਹ ਵੀ ਸਾਰੇ ਰੋਏ, ਇੰਨੀ ਗਰੀਬੀ ਕਿ ਇੱਕ ਮੁੰਡਾ ਯੰਗ ਜਿਹਾ ਸੀਗਾ, ਉਹ ਵਿਚਾਰੇ ਸੈਰ ਲੈ ਕੇ ਛਾਲ ਮਾਰਤੀ ਦੂਜੇ ਮੋਹਰੇ ਆਪਣੇ ਟ੍ਰੇਨ ਦੇ ਮੋਹਰੇ, ਉਹ ਕੋਈ ਆਪਣਾ ਦੂਜਾ ਵਿਆਹ ਚੱਕਿਆ ਦੇ ਨਹੀਂ ਹੁੰਦਾ ਸੀਗਾ, ਕੰਮ ਹਾਲਾਤ ਮਾੜੇ ਹੋ ਗਏ ਕੁਛ ਵੀ ਆ, ਕਾਫੀ ਇੱਦਾਂ ਫੀਲਿੰਗ ਆਈ। ਜਿੱਦਾਂ ਉਹਨੇ ਚਲੋ ਥੋੜ੍ਹੀ ਮਾਲੀਮਤ ਵੀ ਕੀਤੀ ਉਦਣ ਵੀ ਕੈਂਪ ਦੇ ਵਾ, ਸਾਨੂੰ ਮਸ਼ੀਨਾਂ ਵੀ ਦੇਵਾਂਗੇ, ਟਵਾਈਸਾਈਕਲ ਜਿਹਾ ਨਹੀਂ ਚਾਹੀਦਾ, ਸਾਰਾ ਕੁਛ। ਬਹੁਤ ਜ਼ਿਆਦਾ ਗਰੀਬੀ ਆ, ਹਾਲੇ ਵੀ ਲੱਗਦਾ ਇੱਦਾਂ ਵੀ ਪੰਜਾਬ ਠੀਕ ਠਾਕ ਆ, ਇਸ ਨੋਟ ਮੇਰੇ ਖਿਆਲ ਸਾਰੀ ਇੰਡੀਆ ਵੀ ਹੈਗੀ ਜੋ ਕੁਛ ਹੋ ਰਿਹਾ, ਪਰ ਕੋਸ਼ਿਸ਼ ਕਰਨੀ ਚਾਹੀਦੀ ਜੇ ਕੋਈ ਥੋੜ੍ਹੇ ਬਹੁਤੀ ਹੈਗੀ ਆ, ਆਪਾਂ ਗਰੀਬਾਂ ਦੀ ਮਦਦ ਕਰੀਏ, ਕਾਫੀ ਬੈਡ ਆ। ਕਈ ਵਾਰ ਤੁਸੀਂ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਇਮੋਸ਼ਨਲ ਹੋ ਗਏ, ਤੁਸੀਂ ਵੀ ਰੋਏ, ਉਹ ਲੋਕ ਵੀ ਰੋਏ, ਉਹਦਾ ਦਰਦ ਇਹੋ ਜਿਹੇ, ਪਹਿਲਾਂ ਵੀ ਕਿੰਨੀ ਵਾਰ ਤੁਹਾਨੂੰ ਲੱਗਿਆ ਕਿ ਯਾਰ ਹਾਲਾਤ ਦੇਖ ਕੇ ਮਹਿਸੂਸ ਹੁੰਦਾ ਇਮੋਸ਼ਨਲ ਹੋ ਜਾਂਦੇ? ਬਹੁਤ ਜੀ, ਪਰ ਜਾਣਾ ਪੈਂਦਾ ਨਾ ਤੁਹਾਨੂੰ, ਪਿੰਡਾਂ ਵਿੱਚ ਜਾਓ, ਘਰ ਘਰ ਜਾਓ, ਤੁਹਾਨੂੰ ਫੇਰ ਪਤਾ ਲੱਗਦਾ। ਜੇ ਤਾਂ ਉੱਦਾਂ ਹੀ ਤੁਸੀਂ ਜਨਾਬ ਯੂ ਕਾਂਟ ਰੀਲੀ ਫੀਲ ਇਟ,
ਜਾਂਦੇ ਤੁਸੀਂ ਮਹਾਰਾਜ ਕਹਿੰਦੇ ਜੇ ਗਰੀਬ ਰੱਬ ਨੂੰ ਮਿਲਣਾ ਗਰੀਬ ਕੋਲ ਚੱਲ ਜਾਓ, ਉਹਦੀ ਕੋਈ ਵੱਡੀ ਖੁਆਇਸ਼ ਨਹੀਂ ਹੁੰਦੀ, ਪਛਾਦੇ ਦੋ ਹੁੰਦੇ ਵਿਚਾਰੇ ਜਾਂ ਕੋਈ ਜਿੱਦਾਂ ਤੰਗ ਹੋ ਗਿਆ ਕੁਛ, ਹੁਣ ਉੱਧਰ ਲੇਡੀ ਮਿਲੀ ਕਹਿੰਦੇ ਸਾਡੀ 5 ਲੱਖ ਸਾਡੇ ਸਿਰ 'ਤੇ ਚੜ੍ਹ ਗਿਆ, ਤਾਂ ਜੋ ਹਸਬੈਂਡ ਹੈ ਨਹੀਂ ਜੀ ਕੁਛ ਮਰ ਗਿਆ ਜਿੱਦਾਂ ਕੁਛ ਵੀ ਹੋਊਗਾ, ਤਾਂ ਉਹ ਕਹਿੰਦੇ ਹੁਣ ਵਿਆਜ 'ਤੇ ਵਿਆਜ ਚੜ੍ਹੀ ਜਾਂਦਾ, ਅਤੇ ਜਿਹਨੇ ਹੀ ਪਿੰਡ ਦੇ ਆ ਜਿਹਨੂੰ ਰਿਕੁਐਸਟ ਕਰਦੇ ਪਲੀਜ਼ ਤੁਸੀਂ ਕੁਛ ਕਰਦੇ, ਉਹ ਕਹਿੰਦੇ ਉਹ ਮੰਨਦੇ ਨਹੀਂ, ਉਹ ਕਿੱਥੇ ਜਾਊਗੇ ਕਿਉਂ ਜਾਣ, ਚਲੋ ਅਸੀਂ ਥੋੜ੍ਹੀ ਬਹੁਤ ਮਤ ਕਰਾਂਗੇ ਜਿੱਦਾਂ ਆਪਾਂ ਤਾਂ ਸਾਰੇ ਤਾਂ ਨਹੀਂ ਕਰਕੇ ਕਾਫੀ ਆ ਨਾ ਕਰ ਤਾਂ, ਸੋ ਬਿਫੋਰ ਇਟ ਆਪਾਂ ਕੋਸ਼ਿਸ਼ ਕਰੀ ਵੱਧ ਤੋਂ ਵੱਧ ਜਿੰਨੀ ਆਪਾਂ ਮਤ ਕਰ ਸਕਦੇ ਹਾਂ। ਹਾਂਜੀ, ਇਹ ਤੁਸੀਂ ਅਪੀਲ ਵੀ ਕੀਤੀ ਹੈ ਲੋਕਾਂ ਨੂੰ ਕਿ ਵੱਧ ਤੋਂ ਵੱਧ ਲੋਕ ਉੱਥੇ ਕੈਂਪ 'ਚ? ਬਿਲਕੁਲ ਜੀ ਬਿਲਕੁਲ, ਹਾਂਜੀ ਉਹ ਆਪਣੇ ਉੱਥੇ ਟੀ ਵੀ 'ਤੇ ਵੀ ਚੱਲਦਾ, ਬੈਨਰ ਵੀ ਲਾਇਓ, ਸਾਰੇ ਪੋਸਟਰ ਵੀ ਸਾਰੇ ਲਾਇਓ। ਅੱਛਾ, ਓਪਰੇਸ਼ਨ ਵਗੈਰਾ ਵੀ ਸਭ ਕੁਛ ਉੱਥੇ ਫਰੀ ਆਫ ਕੋਸਟ ਹੋ ਜਾਣਾ? ਹਾਂਜੀ, ਉੱਦਣ ਆਪਾਂ ਚੈੱਕਅਪ ਕਰ ਲੈਣਾ, ਦੂਜੇ ਦਿਨ ਓਪਰੇਸ਼ਨ ਚੱਲ ਪੈਣੇ ਆ, ਉਹ 3 ਮਹੀਨੇ 5 ਮਹੀਨੇ ਜਿੰਨੇ ਚੱਲ ਜਿੰਨੇ ਵੀ ਪੇਸ਼ੈਂਟ ਹੋ ਜਾਂਦੇ ਆ ਸਾਰੇ ਉਹ ਡਨ, ਫਿਰ ਆਫਟਰ ਕੇਅਰ ਵੀ ਹੈਗਾ ਇਹਨਾਂ ਵਿੱਚ, ਇਸ ਕਰਕੇ ਤਾਂ ਚਲੋ ਆਫਟਰ 100% ਆਫਟਰ ਕੇਅਰ ਆ। ਹਾਂਜੀ ਵਿਜਿਤ ਸਾਹਿਬ, ਹਾਲਾਤਾਂ ਦੀ ਮੈਂ ਗੱਲ ਕਰਾਂ, ਤੁਸੀਂ ਕਿਹਾ ਕਿ ਚੇਂਜਸ ਬਹੁਤ ਸਾਰੇ ਆ ਗਏ ਬਹੁਤ ਸਾਰੇ ਲੋਕਾਂ ਨੂੰ, 2000 ਬੰਦੇ ਨੂੰ ਰੁਜ਼ਗਾਰ ਦੇਣਾ ਕੋਈ ਛੋਟੀ ਗੱਲ ਨਹੀਂ ਹੈ, ਬਹੁਤ ਸਾਰੇ ਲੋਕਾਂ ਨੂੰ ਤੁਸੀਂ ਰੁਜ਼ਗਾਰ ਦਿੱਤਾ, ਚਲੋ ਇਹਦੇ ਲਈ ਲੋਕ ਬਹੁਤ ਸਾਰੇ ਲੋਕ ਵੀ ਧੰਨਵਾਦ ਕਰਦੇ ਹੋਣਗੇ, ਸਾਨੂੰ ਵੀ ਚੰਗਾ ਲੱਗਿਆ, ਬਹੁਤ ਤੁਸੀਂ ਪ੍ਰਾਊਡ ਫੀਲ ਕਰਾਉਣ ਵਾਲੀ ਗੱਲ ਹੈ ਕਿ 2000 ਬੰਦੇ ਨੂੰ ਸਾਡਾ ਪੰਜਾਬੀ ਜਾ ਕੇ ਇੰਗਲੈਂਡ ਦੇ ਵਿੱਚ ਰੁਜ਼ਗਾਰ ਦੇ ਰਿਹਾ ਤਾਂ ਬਹੁਤ ਮਾਣ ਵਾਲੀ ਗੱਲ ਆ। ਔਰ ਹੁਣ ਦੇ ਹਾਲਾਤਾਂ ਦੇ ਬਾਰੇ ਮੈਂ ਚਰਚਾ ਜ਼ਰੂਰ ਕਰਨੀ ਚਾਹੁੰਦਾ ਕਿ ਅੱਜ ਦੇ ਹਾਲਾਤ ਕਿਹੋ ਜਿਹੇ ਨੇ ਉੱਥੇ, ਕਿਉਂਕਿ ਹੁਣ ਲੋਕ ਜਿਹੜੇ ਤੁਸੀਂ ਹਾਲਾਤਾਂ 'ਚ ਜਿੰਨਾਂ ਵੇਲੇ ਤੁਸੀਂ ਗਏ ਸੀਗੇ ਉਸ ਸਮੇਂ ਕਿਵੇਂ ਗੱਡੀ ਟਰੈਕ ਦੇ ਵਿੱਚ ਉੱਪਰ ਸੀਗੀ ਉੱਥੋਂ ਦੇ ਸਿਸਟਮ ਦੀ, ਔਰ ਹੁਣ ਕਿਵੇਂ ਹਾਲਾਤ, ਹੁਣ ਕਹਿੰਦੇ ਮੰਦੀ ਜ਼ਿਆਦਾ ਉੱਥੇ ਚੱਲ ਰਹੀ ਹੈ, ਕੰਮ ਉੱਥੇ ਹੈ ਨਹੀਂ ਤਾਂ ਲੋਕ ਇੱਥੋਂ ਜਾਈ ਬਹੁਤ ਜਾਂਦੇ ਆ, ਕੁੜੀਆਂ ਵੀ ਅਤੇ ਮੁੰਡੇ ਵੀ, ਤਾਂ ਮੈਂ ਕਹਿੰਦਾ ਇਹਨਾਂ ਨੂੰ ਸਾਰਿਆਂ ਨੂੰ ਪਹਿਲਾਂ ਸੋਚਣਾ ਚਾਹੀਦਾ ਕਿਸੇ ਨੂੰ ਬਾਹਰ ਜਾਣ ਤੋਂ ਪਹਿਲਾਂ ਵੀ ਇੰਨੇ ਇੰਨੇ ਪੈਸੇ ਲਾ ਕੇ ਜਾ ਰਹੇ ਆ, ਸੁਣਦੇ ਹਾਂ ਮੈਂ ਕਿਹੜਾ ਪੈਸੇ ਨੇ ਕਿਸੇ ਨੇ ਡੀਲ ਕੀਤਾ, ਕਿਸੇ ਨੇ 20 ਲੱਖ, ਕਿਸੇ ਨੇ 30 ਲੱਖ, ਬਹੁਤ ਵੱਡੀ ਅਮਾਊਂਟ ਆ, ਤਾਂ ਇਹਨੂੰ ਇੰਨੇ ਪੈਸੇ ਕਰਕੇ ਤਾਂ ਉੱਥੇ ਮੂਹਰੇ ਕੰਮ ਹੈ ਨਹੀਂ, ਵਿਹਲੇ ਬੈਠੇ ਆ, ਤਾਂ ਜਾਂ ਜਿਹੜੇ ਕੋਈ ਕੰਮ ਕਰਦੇ ਆ ਬਿਲਡਰ ਨਾਲ ਕਹਿ ਲਓ ਜਾਂ ਹੋਰ ਕਿਤੇ ਕਰਦੇ ਆ, ਉਹਨਾਂ ਨੂੰ ਬਹੁਤ ਐਡਵਾਂਟੇਜ ਉਹਨਾਂ ਦੀ ਟੇਕ ਹੋ ਰਹੀ ਆ, ਬਹੁਤ ਇਨਕਮ ਉਹਨਾਂ ਨੂੰ ਘੱਟ ਮਿਲ ਰਹੀ ਹੈ ਦਿਹਾੜੀ ਦੀ, ਵੇਜਿਸ ਜ਼ਿਆਦੀਆਂ ਆ, ਤਾਂ ਪਰ ਕਰਕੇ ਉਹਨਾਂ ਕੋਲ ਕੁਛ ਹੈ ਨਹੀਂ ਉਹ ਰਾਈਟ, ਉਹ ਜਾ ਕੇ ਉਹਨਾਂ ਲਈ ਉੱਦਾਂ ਹੀ ਕੰਮ ਕਰੀ ਜਾਂਦੇ ਆ। ਸੋ ਯੂ ਨੋ ਰੀਲੀ ਅੱਜ ਕੱਲ੍ਹ ਸੋਚਣਾ ਚਾਹੀਦਾ, ਸਮੇਂ ਉਹ ਸਮੇਂ ਨਹੀਂ ਹੈਗੇ ਜਿੱਦਾਂ ਜਾਂਦਾ ਬੰਦਾ ਜਿਸਦਾ ਕੰਮ ਮਿਲ ਜੂਗਾ, ਇਟਸ ਵੈਰੀ ਬਿਗ ਸਟਰਗਲ ਨੇ ਆ, ਇਟਸ ਨੋਟ ਰਿਸੈਸ਼ਨ ਪਰ ਰਿਸੈਸ਼ਨ ਮੰਗੋ ਹੀ ਆ, ਤਾਂ ਮੈਂ ਤਾਂ ਐਡਵਾਈਜ਼ ਕਰੂੰਗਾ ਜੇ ਇੱਥੇ ਕੋਈ ਇੰਨੇ ਪੈਸੇ ਖਰਚਣ ਨਾਲੋਂ ਤਾਂ ਸ਼ੁਰੂ ਗਾਊ ਤਾਂ ਸ਼ੁਰੂ ਇੱਥੇ ਟਰਾਈ ਉਹਨਾਂ ਨੂੰ ਕਰਨੀ ਚਾਹੀਦੀ ਆ, ਇੱਥੇ ਕੋਈ ਨੂੰ ਬਿਜ਼ਨਸ ਸੈੱਟ ਕਰ ਲੈਣ, ਕੋਈ ਹੋਰ ਕੁਛ ਕਰ ਲੈਣ, ਪਰ ਉੱਥੇ ਜੇ ਕੰਪਨੀ ਜਾ ਕੇ ਮਿਲਦਾ ਕਾਹਦੇ ਭੇਜੀ ਜਾਂਦੇ ਇੱਥੋਂ, ਚੱਕਰ ਯੂ ਨੋ ਇਟਸ ਨੋਟ ਸਹੀ ਨਹੀਂ ਲੱਗ ਰਿਹਾ, ਇਹ ਮੈਨੂੰ ਆਪਣਾ ਫੀਲਿੰਗ ਆ। ਇਹ ਹਾਲਾਤ ਹੋਏ ਕਿਉਂ ਆ ਕਿ ਲੋਕ ਜ਼ਿਆਦਾ ਚਲੇ ਗਏ ਉੱਥੇ ਜਾਂ ਵਜ੍ਹਾ ਕੀ ਲੱਗਦਾ? ਹਾਂਜੀ, ਪਹਿਲਾਂ ਨਹੀਂ ਹੈ ਨਾ ਉਹਨੇ ਇੰਗਲਿਸ਼ ਗਵਰਨਮੈਂਟ ਨੇ ਬ੍ਰਿਟਿਸ਼ ਗਵਰਨਮੈਂਟ ਨੇ ਨਾ ਦੂਜਾ ਸਿਸਟਮ ਜਿਹਾ ਖੋਲ੍ਹਤਾ ਸੀਗਾ ਵਰਕ ਪਰਮਿਟ ਸਿਸਟਮ, ਤਾਂ ਉਹ ਸਾਰੇ ਉੱਧਰ ਨੂੰ ਫਲੱਡ ਹੋ ਗਿਆ, ਤਾਂ ਹੁਣ ਉਹਨੇ ਵੇਜਿਸ ਚੇਂਜ ਕਰਤੀ ਆ ਕਿ ਥੋੜ੍ਹੀ ਜਿਹੀ ਘੱਟ ਵੇਜਿਸ ਉਹ ਖੜੇ 39,000 ਆ ਜਿੱਦਾਂ ਜੇ ਉਹਨਾਂ ਨੂੰ ਪੇ ਕਰਨਾ ਪੈਣਾ ਕੁਛ ਸਮਥਿੰਗ ਲੱਗਦਾ, ਮੈਨੂੰ ਬਾਹਲਾ ਨਹੀਂ ਪਤਾ ਕੁਛ, ਹੁਣ ਮੈਂ ਥੋੜ੍ਹਾ ਜਿਹਾ ਪਿੱਛੇ ਹੋ ਰਿਹਾ ਕੰਮ ਤੋਂ, ਤਾਂ ਰਿਟਾਇਰਮੈਂਟ ਸੋਡ ਹਾਫ ਸੋਡ ਟੇਕਨ ਰਿਟਾਇਰਮੈਂਟ, ਹੁਣ ਨਿਆਣੇ ਚਲਾਉਂਦੇ ਆ, ਤਾਂ ਇਹ ਜਦ ਪਤਾ ਆ ਜਾਂ ਸਾਰਿਆਂ ਨੂੰ ਪਤਾ ਆ ਬਈ ਸੋਡ ਲੱਖ ਰਿਸੈਸ਼ਨ ਨਹੀਂ ਪਰ ਰਿਸੈਸ਼ਨ ਮੰਗੂ ਆ, ਤਾਂ ਹੁਣ ਓਬਰਾਏ ਜੀ ਵੀ ਆ ਹੋਰ ਵੀ ਆ ਉਹ ਦੱਸਦੇ ਆ ਤੁਹਾਨੂੰ ਵਾਰ ਵਾਰ ਵੀ ਤੁਸੀਂ ਉੱਦਾਂ ਨਾ ਜਾਓ ਇੰਨੇ ਪੈਸੇ ਖਰਚ, ਮੇਰੇ ਵੀ ਨੋ ਨੇ ਓਬਰਾਏ ਸਾਹਿਬ ਜੀ ਵੀ ਮੇਰੇ ਫਰੈਂਡ ਆ ਨਾ SP ਸਿੰਘ ਓਬਰਾਏ, ਹਾਂਜੀ, ਤਾਂ ਉਹ ਵੀ ਇਹ ਐਡਵਾਈਸ ਕਰਦੇ ਆ ਕੁੜੀਆਂ ਨੂੰ ਇਹਨੂੰ ਭੇਜੋ ਸੋਚ ਕੇ ਭੇਜੋ ਸਾਰਾ ਕੁਛ, ਕੈਨੇਡਾ ਵੀ ਇਹ ਹਾਲਾਤ ਆ ਜਿਹਨੂੰ ਕੈਨੇਡਾ ਵੀ ਬੇਸਮੈਂਟਾਂ ਭਰੀਆਂ ਪਈਆਂ, ਬੇਸਮੈਂਟਾਂ ਭਰੀਆਂ ਪਈਆਂ ਉੱਥੇ, ਕੋਈ ਕੰਮ ਨਹੀਂ ਮਿਲਦਾ ਉੱਦਾਂ ਹੀ, ਕੁਆਇਟ ਸੈਡ ਆ ਜਿਹੜੇ ਆਪਣੇ ਹਾਲੇ ਵੀ ਨਹੀਂ ਸਮਝ ਰਹੇ
ਹੁਣ ਆ ਵੀ ਵਾਪਸ ਕਾਫੀ ਸੀ ਕੈਨੇਡਾ ਤੋਂ, ਮੇਰੇ ਫਰੈਂਡ ਆਉਂਦੇ ਆ ਜਲੰਧਰ ਤੋਂ, ਉਹਨਾਂ ਦੇ ਕਹਾ ਫਰੈਂਡਾਂ ਦੇ ਲੜਕੇ ਲੜਕੀਆਂ ਮੁੜ ਕੇ ਆਏ ਆ ਬਹੁਤ, ਉੱਥੇ ਕੰਮ ਨਹੀਂ ਮਿਲ ਰਿਹਾ। ਹਾਂਜੀ, ਤੁਹਾਡੀ ਕੰਪਨੀ ਤੁਸੀਂ UK ਤੱਕ ਯੂਰਪ ਦੇ ਹੋਰ ਕੰਟਰੀਜ਼ ਦੇ ਵਿੱਚ ਵੀ ਉੱਦਾਂ ਅਸੀਂ ਦੇਖਦੇ ਕਾਫੀ ਅਸੀਂ ਕੰਮ ਕੀਤਾ ਇੰਗਲੈਂਡ ਤੋਂ ਬਾਹਰ ਵੀ, ਦੁਬਈ ਵੀ ਆਪਣਾ ਕੰਮ ਹੈਗਾ ਆ, ਤਾਂ ਬੇਸਿਕਲੀ ਉਹਦਾ ਮੇਨ ਕੰਮ ਜਿਹੜਾ ਆਪਣੇ ਇੰਗਲੈਂਡ ਵਿੱਚ ਹੀ ਆ। ਹਾਂਜੀ, ਔਰ ਇਸ ਚੀਜ਼ ਨੂੰ ਕਿਵੇਂ ਤੁਸੀਂ ਦੇਖਦੇ ਹੋ, ਕਿਉਂਕਿ ਉੱਥੇ ਜਾ ਕੇ ਤੁਸੀਂ ਕੰਮਕਾਜ ਸ਼ੁਰੂ ਕੀਤਾ ਔਰ ਅਗਲੀ ਪੀੜ੍ਹੀ ਨੇ ਟੇਕ ਓਵਰ, ਸੇਮ ਤੁਹਾਡੇ ਵਾਲਾ ਹੀ ਕੰਮਕਾਜ ਜਾਂ ਅਗਲੀ ਪੀੜ੍ਹੀ ਦੀ ਸੋਚ ਵਿਚਾਰਧਾਰਾ ਥੋੜ੍ਹੀ ਬਹੁਤ ਵੱਖਰੀ ਹੈ? ਦੇਖੋ, ਤੁਸੀਂ ਉਹਨਾਂ ਨੂੰ ਪੰਜਾਬ ਦੇ ਨਾਲ ਜੋੜ ਕੇ ਰੱਖਿਆ ਅਗਲੀ ਪੀੜ੍ਹੀ ਨੂੰ? ਹਾਂਜੀ, ਉਹ ਨਹੀਂ ਆਉਣਾ, ਹੁਣ ਜਿਹੜੇ ਕੈਂਪ ਆ ਆਪਣੀ ਫੈਮਿਲੀ ਆ ਰਹੇ ਆ, ਤਾਂ ਦੇ ਉਹ ਤੱਕ ਨੈਕਸਟ ਲੈਵਲ 'ਤੇ ਲੈ ਗਏ ਆ। ਅੱਛਾ, ਵਿਚ ਆਈ ਐਮ ਵੈਰੀ ਲੱਕੀ। ਹੋਰ ਮਿਹਨਤ ਕੀਤੀ ਮੁੰਡਿਆਂ ਨੇ? ਬਹੁਤ ਮਿਹਨਤ ਕੀਤੀ। ਹਾਂਜੀ, ਲੜਕੀ ਵੀ ਨਾਲ ਹੀ ਆ, ਬੇਟੀ ਨੇ ਵੀ। ਹਾਂਜੀ, ਤਿੰਨੇ ਜਾਣੇ ਆ, ਬਹੁਤ ਜ਼ਿਆਦਾ ਸਕਸੈਸ ਕਰ ਰਹੇ ਆ। ਚਲੋ, ਮਾਰੇ ਕਿਰਪਾ, ਯੂ ਨੋ, ਇਟਸ ਵੈਰੀ ਵੈਰੀ ਗੁੱਡ। ਨਿਜਰ ਸਾਹਿਬ, ਸੋਰੀ ਮੈਂ ਰੋਕਣਾ ਚਾਹੁੰਦਾ, ਕਿਉਂਕਿ ਇਹ ਕਿਹਾ ਜਾਂਦਾ ਤੁਸੀਂ ਬਹੁਤ ਲੱਕੀ ਆਪਣੇ ਆਪ ਨੂੰ ਮੰਨਦੇ ਹੋ, ਚਲੋ ਜਿਨ੍ਹਾਂ ਨੇ ਹੋਰ ਮਿਹਨਤ ਕੀਤੀ ਔਰ ਹੋਰ ਅੱਗੇ ਲੈ ਕੇ ਜਾ ਰਹੇ ਕੰਪਨੀ ਨੂੰ, ਪਰ ਇਹ ਕਿਹਾ ਜਾਂਦਾ ਕਿ ਉੱਥੇ ਜਾ ਕੇ ਨਿਆਣੇ ਜਿਹੜੇ ਆ ਪਰਵਰਿਸ਼ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ, ਨਹੀਂ ਤਾਂ ਕਹਿੰਦੇ ਕਿਸੇ ਦਾ ਰਾਹ ਇੱਧਰ ਨੂੰ ਹੋ ਜਾਂਦਾ, ਕਿਸੇ ਦਾ ਰਾਹ ਇੱਧਰ ਨੂੰ ਹੋ ਜਾਂਦਾ, ਰੋਟੀ ਨਹੀਂ ਪੁੱਛਣ ਵਾਲੇ ਹੈਗੇ, ਹਾਲਾਂਕਿ ਚਲੋ ਇੱਥੇ ਵੀ ਹਾਲਾਤ ਇੱਦਾਂ ਦੇ ਹੋ ਜਾਂਦੇ ਆ ਬੱਚੇ ਕਹਿੰਦੇ, ਪਰ ਉੱਧਰ ਦਾ ਮਾਹੌਲ ਹੀ ਥੋੜ੍ਹਾ ਜਿਹਾ ਵੈਸਟ ਦਾ ਕਲਚਰ ਹੈ ਇਹ। ਬਿਲਕੁਲ, ਤੁਸੀਂ ਸਹੀ ਹੈ ਗੱਲ ਵਿੱਚ, ਪਰ ਮਾਰੇ ਵੱਲੋਂ ਕਿਰਪਾ ਕਿ ਜਦੋਂ ਆਪਾਂ ਰੱਖ ਲਓ, ਮਾਰੇ ਵੱਲੋਂ ਕਿਰਪਾ ਕਿ ਜਦੋਂ ਆਪਾਂ ਲੱਕੀ ਹਾਂ, ਜਿਹੜੇ ਨਿਆਣੇ ਸਾਡੇ ਨੈਕਸਟ ਲੈਵਲ ਆ, ਰਿਸਪੈਕਟ ਵਾਈਜ਼ ਅਨਬਲੀਵਬਲ, ਅਤੇ ਇਹਨਾਂ ਨੇ ਬਹੁਤ ਜ਼ਿਆਦਾ ਰਿਸਪੈਕਟ, ਸਪੈਸ਼ਲੀ ਗੁੱਡੀਆਂ ਜਾਰੀਆਂ ਕਰਦੇ ਹਾਂ। ਹਾਂਜੀ, ਕਿੱਦਾਂ ਤੁਸੀਂ ਪੰਜਾਬ ਦੇ ਨਾਲ ਜੋੜ ਕੇ ਰੱਖਿਆ, ਆਉਂਦੇ ਜਾਂਦੇ ਰਹਿੰਦੇ ਆ ਪੰਜਾਬ ਨੂੰ? ਹਾਂਜੀ, ਉਦਾਂ ਥੋੜ੍ਹਾ ਜਿਹਾ ਜ਼ਿਆਦਾ ਸਮਾਂ ਹੋ ਗਿਆ ਕਿ ਬਿਜ਼ਨਸ, ਉਹ ਦੇ ਵੈਰੀ ਬਿਜ਼ੀ, ਪਰ ਹੁਣ ਆ ਗਏ ਕੈਂਪ 'ਤੇ, ਘਰੇ ਬੱਚੇ ਜ਼ਿਆਦਾ ਪੰਜਾਬੀ ਬੋਲਦੇ ਫਿਰ? ਹਾਂਜੀ, ਕੋਸ਼ਿਸ਼ ਕਰੀ ਜਾ, ਬਿਲਕੁਲ। ਹਾਂਜੀ, ਚਲੋ ਉਹਦਾ ਮਾਹੌਲ ਥੋੜ੍ਹਾ ਜਿਹਾ ਉਹਨਾਂ ਦਾ, ਗੋਰੇ ਸਕੂਲੇ ਹਰ ਵੇਲੇ ਜਾਣਾ, ਕੁਛ ਵੀ ਇੱਦਾਂ ਥੋੜ੍ਹਾ ਜਿਹਾ ਟਰਾਈ ਕਰੀ ਦੀ ਆ। ਹਾਂਜੀ, ਪਰ ਇਹ ਚੰਗੀ ਗੱਲ ਆ ਕਿ ਬੰਦਾ ਆਪਦੀ ਬੋਲੀ ਦੇ ਨਾਲ, ਮਾਂ ਬੋਲੀ ਦੇ ਨਾਲ ਜੁੜਿਆ ਰਹੇ, ਆਪਦੀਆਂ ਫਿਰ ਜੜ੍ਹਾਂ ਨਾਲ ਜੁੜੀ ਰੱਖਦੀ ਆ। ਹਾਂਜੀ ਹਾਂਜੀ ਹਾਂਜੀ, ਨਹੀਂ ਆਪਣੇ ਪੰਜਾਬੀ ਸਕੂਲ ਹੈਗੇ ਉੱਥੇ ਲਾਇਓ, ਬਹੁਤ ਨਿਆਣੇ ਹੋਰ ਵੀ ਜਾਂਦੇ ਆ, ਕੋਸ਼ਿਸ਼ ਕਰੀ ਦੀ ਆਪਾਂ ਬੈਸਟ ਟਰਾਈ ਪਈ ਪੰਜਾਬੀ ਬੋਲੀਏ ਬੱਚ ਬੱਚੇ। ਦੂਜਿਆਂ ਵੱਲ ਦੇਖਦੇ ਹੋ, ਆਪਦੇ ਬੱਚਿਆਂ ਵੱਲ ਦੇਖਦੇ ਹੋ, ਉਹ ਬਹੁਤ ਪ੍ਰਾਊਡ ਆ, ਓਨੈਸਟ ਟੂ ਗਾਡ, ਗ੍ਰੈਂਡਕਿਡਸ ਵੀ ਫੈਂਟੈਸਟਿਕ। ਹਾਂਜੀ, ਕੀ ਕਰਨਾ ਚਾਹੀਦਾ ਬੱਚਿਆਂ ਨੂੰ, ਇਹ ਟਿਪਸ ਜ਼ਰੂਰ ਦੇ ਜੋ, ਕਿਉਂਕਿ ਤੁਸੀਂ ਤਾਂ ਹੁਣ ਰਿਟਾਇਰਮੈਂਟ ਵੀ ਕਹਿ ਰਹੇ ਹੋ ਕਿ ਰਿਟਾਇਰਮੈਂਟ ਲੈ ਲਈ ਹੈ ਤੁਸੀਂ ਜੀ, ਮਾਪਿਆਂ ਨੂੰ ਕੀ ਕਰਨਾ ਚਾਹੀਦਾ ਆਪਦੇ ਬੱਚਿਆਂ ਨੂੰ, ਖਾਸ ਤੌਰ 'ਤੇ ਜਿਹੜੇ ਬਾਹਰ ਬੱਚੇ ਪੈਦਾ ਹੋਏ ਆ ਜਾਂ ਬਾਹਰ ਜਿਹੜੇ ਗਰੋ ਕਰ ਰਹੇ ਆ ਜੀ, ਜੀ ਕਿਹੋ ਕੁ ਜੀ ਉਹਨਾਂ ਦੀ ਸਕੂਲਿੰਗ ਹੋਣੀ ਚਾਹੀਦੀ ਆ, ਕਿਸ ਤਰੀਕੇ ਦੇ ਨਾਲ ਉਹ ਹੋਵੇ ਕਿ ਭਾਈ ਬੱਚੇ ਕਹਿਣੇ ਸੁਣਨੇ ਦੇ ਵਿੱਚ ਰਹਿਣ ਜੀ? ਮੈਂ ਜੀ ਸਰ, ਯੂ ਨੋ, ਇਫ ਮੈਂ ਨਿੱਕੇ ਹੁੰਦੇ ਆਪਣੇ ਨਿਆਣਿਆਂ ਨੂੰ ਨਾਲ ਲੈ ਆਉਣਾ ਪਿਆ ਸੀਗਾ ਬਾਹਰ ਕੰਮ 'ਤੇ, ਦੇ ਵਾਜ਼ ਓਨਲੀ ਥਿਨ ਹਾਰਡ ਵਰਕ, ਜਿਹੜਾ ਹਾਰਡ ਨਾਮ ਸਿਮਰਤ ਆ ਸੇਵਾ, ਯੂ ਵਿਲ ਓਲਵੇਜ਼ ਪੇ ਯੂ ਬੈਕ, ਓਲਵੇਜ਼, ਹਮੇਸ਼ਾ ਹੀ। ਹਾਂਜੀ, ਔਰ ਉਹ ਬੱਚੇ ਵੀ ਤੁਹਾਡੇ ਪ੍ਰਾਊਡ ਫੀਲ ਕਰਦੇ ਕਿ ਪਾਪਾ ਤੁਸੀਂ ਲੱਗੇ ਰਹੋ, ਜਾਂ ਕਈ ਵਾਰ ਐਵੇਂ ਕਹਿੰਦੇ ਕਿ ਨਹੀਂ ਛੱਡੋ ਕੀ ਲੋਕਾਂ ਦੀ ਸੇਵਾ ਇਹ ਉਹ? ਨਹੀਂ ਜੀ, ਉਹ ਨਹੀਂ ਕਹਿੰਦੇ, ਉਹ ਮੇਰੇ ਨਾਲ ਆ। ਹਾਂਜੀ, ਬੱਚਿਆਂ ਦਾ ਪੂਰਾ ਆਲਵੇਜ਼ ਸਪੋਰਟ ਰਹਿੰਦਾ, ਬਿਲਕੁਲ ਬਿਲਕੁਲ। ਹਾਂਜੀ, ਤੁਸੀਂ ਪ੍ਰਾਊਡ ਫੀਲ ਕਰਾ ਰਹੇ ਹੋ। ਹਾਂਜੀ ਹਾਂਜੀ, ਬਿਲਕੁਲ। ਹਾਂਜੀ ਹਾਂਜੀ, ਪੂਰੀ ਮਤ ਜਦੋਂ ਮਰਜ਼ੀ। ਹਾਂਜੀ, ਇੰਗਲੈਂਡ ਦੇ ਵਿੱਚ ਆਪਣੀ ਕਮਿਊਨਿਟੀ ਨੂੰ ਲੈ ਕੇ ਉੱਥੇ ਵੀ ਤੁਸੀਂ ਮਦਦ ਕਰ? ਹਾਂਜੀ ਹਾਂਜੀ, ਜਿੱਥੇ ਮਰਜ਼ੀ ਤੁਸੀਂ ਆਪਣਾ ਹੋਟਲ ਤਾਂ ਘਰ ਕਰਨਾ ਆਇਆ ਜੀ। ਹਾਂਜੀ, ਗੁਰੂ ਘਰਾਂ ਵਿੱਚ ਵੀ ਸਾਰੇ ਪਾਸੇ ਆਪਾਂ ਹਰੀ ਕਿਰਪਾ ਨਾਲ ਸੰਯੋਗ ਦੇਈਦਾ ਪੂਰਾ। ਹਾਂਜੀ, ਔਰ ਜਿਸ ਤਰੀਕੇ ਨਾਲ ਜਦੋਂ ਤੁਸੀਂ ਗਏ ਸੀਗੇ ਸਰ, ਥੋੜ੍ਹਾ ਜਿਹਾ ਮੈਂ 2-4-5 ਮਿੰਟ ਜੀ ਲੈਣੇ ਤੁਹਾਡੇ, ਜਦੋਂ ਤੁਸੀਂ ਗਏ ਸੀਗੇ ਉਸ ਵੇਲੇ ਕਿਹੋ ਜਿਹਾ ਮਾਹੌਲ ਸੀ, ਔਰ ਬਦਲਾਅ ਜਿਹੜੇ ਮੈਂ ਚਾਹੁੰਦਾ ਦੱਸਿਓ ਜ਼ਰੂਰ ਕਿ ਸਿਸਟਮ ਦੇ ਵਿੱਚ ਕਿੱਦਾਂ ਕਿਤੇ ਬਦਲਾਅ ਆਏ ਆ, ਉਦੋਂ ਲੋਕ ਕੀ ਸੋਚਦੇ ਸੀਗੇ ਔਰ ਹੁਣ ਕੀ ਸੋਚਦੇ ਆ ਲੋਕ? ਅੱਛਾ ਜੀ, ਜਦੋਂ ਸਾਰੇ ਉਸ ਵੇਲੇ ਪਹਿਲਾਂ ਗਏ ਨਾ, ਸਾਡੇ ਫਾਦਰ ਸਾਹਿਬ ਵੀ
ਲੇਟਰ ਵੀ ਸਾਰੇ ਸੋਚਦੇ ਉੱਥੇ ਜਾਣਾ ਕਮਾਈ ਕਰਕੇ ਮੁੜ ਕੇ ਆ ਜਾਣਾ, ਪਰ ਕੋਈ ਨਹੀਂ ਆਇਆ। ਕੋਈ ਚੰਦ ਬੰਦੇ ਹੋ ਗਏ, ਇਹਨੇ ਮੈਂ ਕਹਿ ਸਕਦਾ ਸਾਰੇ ਜਿੱਦਾਂ ਆਏ ਹੋ ਗਏ ਜ਼ਰੂਰ, ਪਰ ਉੱਥੇ ਦੇ ਉੱਥੇ ਸਾਰੇ ਰਹਿ ਗਏ, ਹੈ ਨਾ। ਕੋਈ ਬਿਜ਼ਨਸ ਕਰਨਾ ਪਿਆ ਜਾਂ ਕੁਛ ਵੀ, ਜੋ ਪਹਿਲੀ ਸੋਚ ਇਹੀ ਸੀਗੀ ਸਾਰਿਆਂ ਦੀ ਵੀ ਅਸੀਂ ਜਾਈਏ ਪੈਸੇ ਕਮਾਈਏ ਮੁੜ ਕੇ ਆਈਏ, ਪਰ ਇੱਦਾਂ ਹੁਣ ਸਾਨੂੰ ਵੀ ਨਹੀਂ ਪਤਾ ਸੀਗਾ ਇੱਦਾਂ ਹੁੰਦੀ, ਪਰ ਇੱਦਾਂ ਹੁੰਦੀ ਨਹੀਂ। ਬੰਦਾ ਅਟੈਚਮੈਂਟ ਹੋ ਜਾਂਦੀ ਉੱਥੇ, ਨਿਆਣੇ ਨੇ ਕਿ ਉਹ ਇਹਦੇ ਗਾਂਹ ਤੋਂ ਗਾਹਾਂ ਫਿਰ ਉੱਥੇ, ਪਰ ਚੇਂਜਿਸ ਤਾਂ ਓਬਵੀਅਸਲੀ ਬਹੁਤ ਆਏ ਆ। ਵੀ ਆਪਣੇ ਪੰਜਾਬੀ ਬਹੁਤ ਸਕਸੈਸ ਆ, ਮੇਰੇ 8-9 ਮੈਂਬਰ ਹੁਣ ਬਣ ਗਏ ਪਾਰਲੀਮੈਂਟ ਦੇ ਵੀ, ਸਾਨੂੰ ਬਹੁਤ ਪ੍ਰਾਊਡ ਫੀਲ ਕਰਦਾ ਵਾ। ਸਾਡੇ ਸਿੱਖ ਵੀ ਹੈਗੇ ਵਿੱਚ, ਉਹਦੇ ਵਿੱਚ ਬਹੁਤ ਬਹੁਤ ਨਾਈਸ ਆ, ਲੇਬਰ ਪਾਰਟੀ ਦੇ ਵਿੱਚ ਆਏ ਆਏ। ਪਰ ਜਿਹੜੀ ਚੀਜ਼ ਤੁਸੀਂ ਕਹੀ ਆ, ਹਰ ਬੰਦਾ ਮੋਸਟਲੀ ਗੱਲ ਕਰੀਦੀ ਹੈ ਬੰਦਿਆਂ ਦੇ ਨਾਲ, ਉਹ ਕਹਿੰਦੇ ਕਿ ਅਸੀਂ ਜਾਣਾ, ਕਹਿੰਦੇ 10 ਸਾਲ ਕੰਮ ਕਰਨਾ ਇੰਗਲੈਂਡ ਕੈਨੇਡਾ ਜਿੱਥੇ ਵੀ ਬੰਦੇ ਨੇ ਜਾਣਾ ਹੁੰਦਾ ਅਮਰੀਕਾ, ਉਦੋਂ ਬਾਅਦ ਕਹਿੰਦੇ ਕਮਾਈ ਕਰਕੇ ਅਸੀਂ ਵਾਪਸ ਪੰਜਾਬ ਜਾਂ ਆਪਦੇ ਜਿੱਥੋਂ ਦੇ ਵੀ ਹੈਗੇ ਉੱਥੇ ਮੁੜੇ ਆਉਣਾ ਕਹਿੰਦੇ, ਪਰ ਹੁੰਦਾ ਨਹੀਂ ਗਾ ਆਮ ਤੌਰ ਤੇ। ਇੱਦਾਂ ਬੰਦਾ ਉੱਥੇ ਸਟੱਕ ਹੋ ਕੇ ਰਹਿੰਦਾ, ਸਿਸਟਮ ਸਿਸਟਮ ਬੰਦਾ ਪੱਟੀ ਤੇ ਇੱਦਾਂ ਚੜ ਜਾਂਦਾ ਕਿ LMI ਬਸ ਬਸ ਗੱਲ ਸਹੀ ਆ, ਉੱਥੇ ਚੜ ਜਾਂਦਾ EMI ਜਿਹੜੀ ਆ ਉਹ ਨਹੀਂ ਮੁੱਕਦੀ। ਹਾਂਜੀ ਮੁੱਕਦੀ, ਸਹੀ ਗੱਲ ਹੈ ਤੁਹਾਡੀ, 100% ਸਹੀ ਗੱਲ ਹੈ। ਕਹਿੰਦੇ ਬੰਦੇ ਨੂੰ ਪਹਿਲਾਂ ਬੰਦਾ ਪੈਸੇ ਘਰੇ ਭੇਜਦਾ ਹੁੰਦਾ ਸੀ, ਉਹ ਕਹਿੰਦੇ ਕਿ ਬਈ ਕਿਹਦੇ ਕੋਲੇ ਭੇਜਦਾ, ਉਹਨੂੰ ਲਿਆਓ ਨਾਲ। ਕਹਿੰਦੇ ਫਿਰ ਬੱਚਿਆਂ ਨੂੰ ਲੈ ਕੇ, ਫਿਰ ਸਾਰੇ ਉਹਨਾਂ ਨੇ ਸਿਸਟਮ ਥੋੜ੍ਹਾ ਵੱਡਾ ਕਰਤਾ, ਬੰਦਾ ਉੱਥੇ ਫਸ ਕੇ ਮੁੜ ਕੇ ਜਾਂਦਾ, ਜਾਲ ਜਿਹਾ ਹੀ ਆ ਉੱਥੇ ਮੁੜ ਕੇ, ਜਿਹਨੂੰ ਸਟੱਕ ਕਹਿੰਦਾ ਸਰਕਲ। ਹਾਂਜੀ, ਪਰ ਇਹ ਪੋਸੀਬਿਲਿਟੀ ਹੋ ਸਕਦੀ ਹੈ ਕਿ ਬੰਦਾ ਜਾਵੇ 10 ਸਾਲ ਕੰਮ ਕਰਕੇ ਵਾਪਸ ਮੁੜਿਆ? ਹਾਂਜੀ ਹਾਂਜੀ 100% ਹੋ ਸਕਦੀ ਆ, ਯੂ ਨੋ। ਪਰ ਤੁਹਾਨੂੰ ਇਹਨੂੰ ਮਨ ਨੂੰ ਸਮਝਾਉਣਾ ਪੈਣਾ ਵੀ ਵਿਹਲੇ ਆ ਨਾਫਿਆ, ਜਿੱਦਾਂ ਆਪਾਂ ਰੱਖ ਲਓ ਸੇਵਾ ਕਰਦੇ ਹਾਂ, ਸਾਨੂੰ ਸੋਚਣਾ ਪੈਣਾ ਵੀ ਅਸੀਂ ਸਾਨੂੰ ਸੇਵਾ ਕਰਨੀ ਚਾਹੀਦੀ ਆ, ਰੱਬ ਨੇ ਬਹੁਤ ਕੁਛ ਦਿੱਤਾ। ਯਾਨੀ ਤੁਹਾਨੂੰ ਮਨ ਨੂੰ ਸਮਝਾਉਣਾ ਪੈਣਾ ਵੀ ਨਾ ਦੁਨੀਆਂ ਤੋਂ ਪਰੇ ਤੋਂ ਪਰੇ ਆ, ਵੀ ਜਿਹੜੇ ਸਾਡੇ ਗਰੀਬ ਭਾਅ ਆ, ਸਰ ਭਰਾ ਆ, ਸਾਰਾ ਕੁਛ ਆ, ਅਸੀਂ ਉਹਨਾਂ ਦੀ ਵੀ ਜਾ ਕੇ ਦੇਖਭਾਲ ਕਰੀਏ। ਪੰਜਾਬ ਆ ਸਾਡੀ, ਯੂ ਨੋ, ਤਾਂ ਤਿੱਥੋਂ ਗਏ ਹਾਂ ਅਸੀਂ, ਬੋਨ ਐਂਡ ਬ੍ਰੈਡ ਲੱਗਦਾ ਜ਼ਰੂਰ ਆ। ਹਾਂਜੀ, ਇੱਧਰ ਜਦੋਂ ਇੱਧਰੋਂ ਖਬਰਾਂ ਆਉਂਦੀਆਂ ਜਾਂ ਤੁਸੀਂ ਪੰਜਾਬ ਕਿਹੋ ਜਿਹਾ ਦੇਖਦੇ ਹੋ, ਪੰਜਾਬ ਦੇ ਵਿੱਚ ਤੁਸੀਂ ਕਿੰਨੀਆਂ ਕੁ ਤਬਦੀਲੀਆਂ ਮਹਿਸੂਸ ਕੀਤੀਆਂ? ਜਦੋਂ ਹੁਣ ਦੇਖੋ ਪਹਿਲਾਂ ਸਾਰੀਆਂ ਦੂਜੀਆਂ ਪਾਰਟੀ ਵੀ ਆਈਆਂ, ਸਾਰਾ ਕੁਛ ਹੈ ਨਾ, ਤਾਂ ਕਿਸੇ ਵੇਲੇ ਕਿਤੇ ਦੂਜਾ ਏਰੀਆ ਚੱਲ ਜਾਓ, ਅਲੱਗ ਦੀ ਚੇਂਜਿਸ ਆ ਗਈ ਆ, ਜੋ ਦੂਜੇ ਚੱਲ ਜਾਓ ਏਰੀਆ 'ਚ ਚੇਂਜਿਸ ਨਹੀਂ ਆਈ। ਮੇਨ ਇੰਪੋਰਟੈਂਟ ਥਿੰਗ ਸ਼ੂਡ ਬੀ ਫੋਰ ਪੰਜਾਬ ਐਨੀ ਗਵਰਮੈਂਟ ਕੰਮ, ਉਹਨੂੰ ਇੰਡਸਟਰੀ 'ਤੇ ਲਿਆਉਣੀ ਚਾਹੀਦੀ ਆ। ਜਿਹਨੂੰ ਸਟੋਪ ਦਿਸ ਥਿੰਕਿੰਗ ਵੀ ਚਲੋ ਬਾਹਰ ਚਲੋ ਬਾਹਰ ਚਲੋ ਬਾਹਰ, ਇੱਕ ਇੱਕ ਨਿਆਣਾ ਹੁੰਦਾ ਮਾਂ ਪਿਓ ਉਹਨੂੰ ਵੀ ਬਾਹਰ ਤੋਰ ਦਿੰਦੇ ਆ, ਯੂ ਨੋ, ਉਹ ਵੀ ਹੁਣ ਕੀ ਕਰਨ ਜੇ, ਯੂ ਨੋ, ਦੁਬਈ ਦਾ ਟ੍ਰੈਂਡ ਹੀ ਇੱਦਾਂ ਤੁਰੀ ਹੋ ਸਾਰੇ, ਕੋਈ ਰਹਿਣਾ ਹੀ ਨਹੀਂ ਚਾਹੁੰਦਾ ਇੱਥੇ, ਕੋਈ ਕੈਨੇਡਾ, ਕੋਈ ਅਮੈਰੀਕਾ, ਕੋਈ ਇੰਗਲੈਂਡ, ਯੂਰਪ ਨੂੰ ਜਿੱਥੇ ਮਰਜ਼ੀ ਰੱਖ ਲਓ, ਸਾਰੇ ਤੁਰੇ ਹੋ ਆ। ਕਿਸੇ ਨਾ ਕਿਸੇ ਤਰ੍ਹਾਂ ਇੰਡਸਟਰੀ ਜਾਂ ਕੰਮ ਇੱਥੇ ਕੋਈ ਨਾ ਕੋਈ ਇੱਦਾਂ ਕ੍ਰੀਏਟਿਵ ਹੋਣ ਲੱਗ ਪਵੇ, ਕੋਈ ਬਿਜ਼ਨਸ ਕੋਈ ਨਾ ਕੋਈ ਚੀਜ਼ ਹੋਣੀ ਚਾਹੀਦੀ ਆ। ਬੱਚਾ ਸੋਚੇ ਮੈਂ ਜਾਣਾ ਨਹੀਂ ਪਰ ਇੱਥੇ ਰਹਾਂ, ਪਰ ਹਾਲੇ ਬੱਚਿਆਂ ਨੂੰ ਵੀ ਜੇ ਤੁਸੀਂ ਕਹੋ, ਆਪਾਂ ਵੀ ਕਹਿੰਦੇ ਨਾ ਜਾਣ ਨਾ ਜਾਣ, ਬਹੁਤ ਬੈਡ ਆ। ਪਰ ਜੋ ਬੱਚਿਆਂ ਵੱਲੋਂ ਤੁਸੀਂ ਦੇਖੋ, ਕੁਛ ਹੈ ਵੀ ਨਹੀਂ ਹੈਗਾ ਮੇਰੇ ਖਿਆਲ, ਇੱਕ ਜੋਬ ਮਰ ਮੇਰੇ ਖਿਆਲ 1000 ਨਿਆਣੇ ਜਾਂਦੇ ਆ, ਇੱਕ ਜਦੋਂ ਵੇਕੈਂਸੀ ਨਿਕਲਦੀ ਆ, ਕੀ ਕਰੂ ਫਿਰ, ਯੂ ਨੋ, ਇਟਸ ਟਫ। ਤੁਹਾਡੇ ਪਿੰਡ ਦੇ ਵਿੱਚੋਂ ਕਿੰਨੇ ਕੁ ਨਿਆਣੇ ਬਾਹਰ ਚਲੇ ਗਏ? ਬਹੁਤ ਜੀ, ਬਹੁਤ ਫਰ ਗਏ ਉਹ। ਹਾਂਜੀ, ਉਸ ਵੇਲੇ ਤਾਂ ਮੈਨੂੰ ਲੱਗਦਾ ਤੁਹਾਡੇ ਫਾਦਰ ਸਾਹਿਬ ਤਾਂ ਤੁਸੀਂ ਗਏ ਹੋਣੇ ਹੋ, ਸਾਡੇ ਰਿਸ਼ਤਾ, ਸਾਡੇ ਚਾਚਾ ਜੀ ਵੀ ਸਾਰੇ, ਆਪਾਂ ਬਹੁਤ ਗਏ, ਸਾਡੇ ਰਿਸ਼ਤਾ ਸਾਰੇ ਲੈ ਗਏ ਸੀ। ਤੁਸੀਂ ਲੈ ਗਏ ਸਾਰੇ? ਸਾਰੇ ਜੀ, ਸਾਰੇ ਸੈੱਟ ਆ, ਮਾਰੀ ਕਰਪਣਾ, ਕੋਈ ਕੈਨੇਡਾ, ਕੋਈ ਅਮੈਰੀਕਾ, ਕੋਈ ਕਿਤੇ, ਕੋਈ ਕਿਤੇ, ਰਿਸ਼ਤੇਦਾਰ ਵੀ ਉਹਨਾਂ ਦੇ ਗਾਹਾਂ, ਰਿਸ਼ਤੇਦਾਰ ਵੀ ਮਾਰੇ ਕਰਪਣਾ, ਸਾਰੇ ਸੈੱਟ ਆ, ਸਾਰਿਆਂ ਨੂੰ ਤੁਸੀਂ ਸੈਟਲ ਕਰ ਦਿੱਤਾ? ਜੀ ਜੀ, ਹਾਂਜੀ। ਪਰ ਪੰਜਾਬ ਦੇ ਨਾਲ ਮੋਹ ਬਰਕਰਾਰ ਰੱਖਿਆ? ਬਿਲਕੁਲ ਜੀ, ਹਾਂਜੀ ਹਾਂਜੀ, ਚਾਹੀਦਾ। ਬਹੁਤ ਬਹੁਤ ਧੰਨਵਾਦ, ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਥੈਂਕ ਯੂ ਜੀ, ਆਸ ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਹੀ ਪੰਜਾਬ ਨਾਲ ਜੁੜੇ ਰਹੋਗੇ, ਇਸੇ ਤਰ੍ਹਾਂ ਹੀ ਪੰਜਾਬ ਦੀ ਸੇਵਾ ਕਰਦੇ ਰਹੋਗੇ। ਬਹੁਤ ਧੰਨਵਾਦ। ਓਕੇ ਜੀ, ਥੈਂਕ ਯੂ। ਤਾਂ ਨਿੱਜਰ ਸਾਹਿਬ ਨੂੰ ਤੁਸੀਂ ਸੁਣਿਆ, ਬਹੁਤ ਵੱਡਾ ਕੰਮ ਕਾਜ ਸੈੱਟ ਕੀਤਾ। ਚਲੋ ਪਰਮਾਤਮਾ ਦੀ ਕਿਰਪਾ ਨਾਲ ਅੱਗੇ ਔਲਾਦਾਂ ਵੀ ਚੰਗੀਆਂ, ਉਹਨਾਂ ਨੇ ਵੀ ਡੰਡਾ ਡੇਰਾ ਵਧੀਆ ਸਾਂਭ ਲਿਆ, ਉਹਨਾਂ ਨੇ ਵੀ ਬਿਜ਼ਨਸ ਚੰਗੇ ਸਟੈਂਡ ਕੀਤੇ ਆ। ਕਹਿੰਦੇ ਕਿ ਸਾਡੇ ਬੱਚਿਆਂ ਦਾ ਵੀ ਪੂਰਾ ਯੋਗਦਾਨ ਆ ਬਿਜ਼ਨਸ ਨੂੰ ਅੱਗੇ ਹੋਰ ਸਕਸੈਸਫੁੱਲ ਕਰਨ ਦੇ ਵਿੱਚ, ਔਰ ਨਾਲ ਹੀ ਪੰਜਾਬ ਦੇ ਨਾਲ ਆਪਦੇ ਵਤਨ ਦੀ ਮਿੱਟੀ ਦੇ ਨਾਲ ਮੋਹ ਉਸੇ ਤਰ੍ਹਾਂ ਹੀ ਇਹਨਾਂ ਨੇ ਬਰਕਰਾਰ ਰੱਖਿਆ।
ਇੱਕ ਛੋਟੀ ਜਿਹੀ ਸੇਵਾ ਤੋਂ ਸੇਵਾ ਸ਼ੁਰੂ ਕੀਤੀ ਸੀ ਔਰ ਉਸ ਤੋਂ ਬਾਅਦ ਫਿਰ ਕੋਈ ਅੰਦਾਜ਼ਾ ਨਹੀਂ ਲੱਖਾਂ ਕਰੋੜਾਂ ਰੁਪਏ ਸੇਵਾ 'ਤੇ ਇਹਨਾਂ ਨੇ ਖਰਚੇ ਔਰ ਹੁਣ ਵੀ ਲਗਾਤਾਰ ਚੱਲ ਰਿਹਾ। ਹੁਣ ਪਿਛਲੇ ਦਿਨੀ ਕਹਿੰਦੇ ਅਸੀਂ ਮੁਲਾਕਾਤ ਕੀਤੀ ਸੀ ਡਾਕਟਰ ਗੁਰਪ੍ਰੀਤ ਕੌਰ ਮਾਨ ਹੁਣਾਂ ਦੇ ਨਾਲ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਵਾਈਫ ਨੇ ਔਰ ਉਹਨਾਂ ਨੇ ਇਹ ਬੇਨਤੀ ਕੀਤੀ ਕਿ ਧੂਰੀ ਸਾਡੇ ਹਲਕੇ ਦੇ ਵਿੱਚ ਤੁਸੀਂ ਲਾਓ ਇਹ ਕੈਂਪ। ਕਹਿੰਦੇ ਕਿ ਪਹਿਲਾਂ ਸ਼ਹਿਰ ਸਾਡੇ ਕੋਈ ਡਿਸਾਈਡ ਨਹੀਂ ਸੀ, ਡਿਸਾਈਡ ਕਰਨਾ ਸੀ, ਫਿਰ ਹੁਣ ਧੂਰੀ ਦੇ ਵਿੱਚ ਕੈਂਪ ਲੱਗ ਰਿਹਾ ਔਰ ਧੂਰੀ ਵਾਲੇ ਲੋਕ ਜੋ ਨੇ ਉਹ ਜ਼ਰੂਰ ਇਸ ਕੈਂਪ 'ਚ ਜਾ ਕੇ ਲਾਹਾ ਲੈ ਸਕਦੇ ਆ।